ਮੈਨੂੰ ਪਹਿਲਾਂ ਨੈਗੇਟਿਵ ਕੀਤਾ ਗਿਆ ਜਾਏ ਇਸ ਚੀਜ਼ ਨੂੰ ਮੇਰੀ ਨੂੰ ਲੈ ਕੇ, ਮੈਨੂੰ ਖੁਦ ਨੂੰ ਵੀ ਫੀਲ ਹੋਣ ਲੱਗ ਗਿਆ ਸੀ ਕਿਤੇ ਨਾ ਕਿਤੇ ਕਿ ਯਾਰ ਮੈਂ ਕੁਝ ਗਲਤ ਨਹੀਂ ਕਰ ਲਿਆ ਬਹੁਤ ਜ਼ਿਆਦਾ। ਕੁਛ ਵੀ ਕਰ ਲਓ, ਜਿਹੜੇ ਲੋਕਾਂ ਨੇ ਤੁਹਾਡੀਆਂ ਲੱਤਾਂ ਖਿੱਚਣੀਆਂ ਆ ਉਹਨਾਂ ਨੇ ਖਿੱਚਣੀਆਂ ਆ। ਗਾਣਾ ਪਬਲਿਸ਼ ਹੀ ਕੀਤਾ ਸੀ ਆਈ ਥਿੰਕ, ਨਾਲ ਹੀ 2-2.5 ਹਜ਼ਾਰ ਇੱਕੋ ਹੀ ਕਮੈਂਟ ਕਾਪੀ ਕੀਤਾ ਹੋਇਆ ਵੱਖਰੀਆਂ ਵੱਖਰੀਆਂ ਪ੍ਰੋਫਾਈਲਾਂ ਤੋਂ, ਉਹ ਕਮੈਂਟ ਕੰਟੀਨਿਊਸਲੀ ਹੈ ਨਾ ਕਿ ਤੁਹਾਨੂੰ ਡੰਮ ਫੀਲ ਕਰਾਉਣ ਦੇ ਲਈ। ਕਿਉਂਕਿ ਮੈਂ ਜਿਵੇਂ ਕਿਹਾ ਹੁਣ ਆਦਤ ਬਣ ਗਈ, ਪਹਿਲਾਂ ਪਹਿਲਾਂ ਹਾਈਪਰ ਹੋ ਜਾਈਦਾ ਯਾਰ, ਮਿਹਨਤ ਕੀਤੀ ਆ ਚੀਜ਼ ਸੁਣੇ ਬਿਨਾਂ, ਲਾਈਕ ਤੋਂ ਪਹਿਲਾਂ ਡਿਸਲਾਈਕ ਆ ਜਾਂਦਾ ਅਜੇ ਦੇਖ ਕੇ 5 ਮਿੰਟ ਦਾ ਗਾਣਾ ਆ, ਅਜੇ ਗਾਣਾ ਪਬਲਿਸ਼ ਹੋਏ ਨੂੰ 1 ਮਿੰਟ ਵੀ ਨਹੀਂ ਹੋਇਆ, ਪਹਿਲਾਂ ਡਿਸਲਾਈਕ ਵੱਜਣੇ ਸ਼ੁਰੂ ਹੋਏ ਨੇ। ਇੱਕ ਪਾਸੇ ਤੁਸੀਂ ਇੰਨੀ ਨੈਗੇਟਿਵਿਟੀ ਦੇਖ ਰਹੇ ਹੋ, ਇੱਕ ਪਾਸੇ ਤੁਸੀਂ ਆਪਣੀ ਟੀਮ ਨੂੰ ਇੰਨਾ ਬੂਸਟ ਕਰ ਰਹੇ ਹੋ, ਹੈ ਨਾ, ਇੱਕ ਪਾਸੇ ਸੋਚ ਰਹੇ ਹੋ ਕਿ ਅੱਗੇ ਅਸੀਂ ਕੀ ਕਰੀਏ, ਕਿਵੇਂ ਅੱਗੇ ਹੈ ਨਾ ਆਪਣੀ ਟੀਮ ਨੂੰ ਨਾਲ ਲੈ ਕੇ ਚੱਲੀਏ, ਸੋ ਇਹ ਚੀਜ਼ ਦਾ ਬੈਲੈਂਸ ਕਿਵੇਂ ਹੁੰਦੀ? ਜੇ ਕਿਤੇ ਮੈਂ ਬਹਿ ਜਾਵਾਂ ਫਿਰ ਮੈਨੂੰ ਖਿੱਚ ਲੈਂਦੇ ਆ, ਜੇ ਕਿਤੇ 2 ਕੁ ਦਿਨ ਇੱਦਾਂ ਦੀਆਂ ਚੀਜ਼ਾਂ ਨੈਗੇਟਿਵਿਟੀ ਆਈ ਜਾਵੇ ਬਾਹਰੋਂ ਨਾ, ਫਿਰ ਕਿਤੇ ਲੂਜ਼ ਫੀਲ ਕਰਾਂ, ਉਹ ਫਿਰ ਮੈਨੂੰ ਬੂਸਟ ਕਰਦੇ ਕਿ ਨਹੀਂ ਆਪਾਂ ਗਲੀਆਂ ਕੀਤਾ, ਹੁਣ ਇਹ ਤੋਂ ਵੀ ਉੱਪਰ ਦੀ ਜ਼ਿੰਮੇਵਾਰੀ ਆ ਹੈ ਨਾ। ਠੀਕਰੀ ਨਹੀਂ ਇਕੱਠੀ ਹੁੰਦੀ ਯਾਰ, ਵੀ ਤੁਸੀਂ ਬੰਦਾ ਕਿੱਦਾਂ ਤੁਸੀਂ ਘੰਟੇ 'ਚ ਇਕੱਠਾ ਕਰ ਲਓਗੇ, ਹੈ ਨਾ, ਉਹ ਚੀਜ਼ਾਂ ਆਪਾਂ ਨੂੰ ਸਭ ਨੂੰ ਪਤਾ, ਠੀਕ ਹੈ ਨਾ, ਕਿ ਹਾਂ ਉਹ ਹੁਣ ਲੋਕਾਂ ਦੇ ਨਾ ਦੇਖ ਦੇਖ ਕੇ ਉਹ ਚੀਜ਼ਾਂ ਹੋ ਗਈਆਂ, ਸਬਰ ਘੱਟ ਗਿਆ। ਜਿੱਦਾਂ ਰੀਲਸ ਆ ਗਈ, ਆਪਾਂ 5 ਸੈਕਿੰਡ ਦੇਖੀ ਸਵਾਈਪ ਕਰਤੀ, ਸਿਰਫ ਆਪਣਾ ਅੰਗੂਠਾ ਇੱਦਾਂ ਇੱਦਾਂ ਚੱਲਣ ਲੱਗ ਗਿਆ, ਕਿਸੇ ਦੀ ਮਿਹਨਤ ਪਿੱਛੇ ਕਿੰਨੀ ਉਹ ਨਹੀਂ ਪਤਾ, ਕਿ ਉਹ ਲੈਜੈਂਡ ਆ, ਉਹ ਕੁਛ ਵੱਖਰ ਆ, ਇਹ ਅਮਰ ਹੋਣ ਵਾਲਾ ਬੰਦਾ ਉਹਦਾ ਜਿਉਂਦੇ ਦਾ ਹੀ ਰੁਤਬਾ ਸੀ, ਉਹਨੇ ਪਿਆਰ ਹੀ ਲੋਕਾਂ ਦਾ ਇੰਨਾ ਲਿਆ ਸੀ ਕਿ ਅਗਰ ਕੋਈ ਆਮ ਬੰਦਾ ਵੀ 4 ਬੰਦਿਆਂ 'ਚ ਖੜਾ ਉਹਦਾ ਨਾਂ ਲੈ ਦੇ ਨਾ ਸਿੱਧੂ ਮੂਸੇਵਾਲਾ, ਤਾਂ ਉਹਦੇ ਕਿੰਨੇ ਮੂੰਹ ਘੁੰਮਦਾ। ਉਹ ਘਾਟਾ ਸਾਨੂੰ ਕਦੇ ਪੂਰਾ ਨਹੀਂ ਹੋ ਸਕਦਾ, ਇੱਕ ਕਲਮ ਮਰ ਗਈ ਹੈ। ਪੰਜਾਬੀ ਇਹਦੇ ਲਈ ਮਾਣ ਵਾਲੀ ਗੱਲ ਸੀਗੀ ਕਿ ਕਿਸ ਲੈਵਲ 'ਤੇ ਜਾ ਕੇ ਉਹ ਬੰਦੇ ਨੇ ਆਪਣੇ ਆਪ ਨੂੰ ਖੜਾ ਕੀਤਾ ਸੀ, ਉਹ ਸੱਚ ਕਹਿੰਦਾ ਸੀ, ਉਹਦਾ ਮੁਕਾਬਲਾ ਇੱਥੇ ਕਿਸੇ ਨਾਲ ਨਹੀਂ ਸੀ, ਬਿਲਕੁਲ ਉਹ ਕਦੇ ਕਿਸੇ ਇੰਡਸਟਰੀ ਦੇ ਨਾਲ ਕੋਈ ਮੁਕਾਬਲਾ ਨਹੀਂ ਸੀ ਚਾਹੁੰਦਾ, ਉਹ ਆਪਣੇ ਆਪ ਨੂੰ ਇਹੀ ਚੀਜ਼ ਰਿਅਲਾਈਜ਼ ਕਰਾਉਂਦਾ ਕਿ ਮੇਰਾ ਹਾਲੀਵੁੱਡ ਨਾਲ ਮੁਕਾਬਲਾ, ਮੈਂ ਬਾਲੀਵੁੱਡ ਨੂੰ ਵੀ ਬਰਾਬਰ ਲੈ ਕੇ ਉੱਥੇ ਤੱਕ ਚੱਲਾਂ। ਜਗਬਾਣੀ ਟੀਵੀ ਦੇਖ ਰਹੇ ਅਤੇ ਬਾਲੀਵੁੱਡ ਤੜਕਾ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ। ਸੋ ਅੱਜ ਦੇ ਸਾਡੇ ਸਟੂਡੀਓ ਦੇ ਵਿੱਚ ਐਮ ਕੇ ਸਾਂਝ ਔਰ ਰਮਜ਼ਾਨ ਆਏ ਹੋਏ ਨੇ, ਉਹਨਾਂ ਦਾ ਕੁਝ ਦਿਨ ਪਹਿਲਾਂ ਗੀਤ ਗਲੀਆਂ ਰਿਲੀਜ਼ ਹੋਇਆ, ਸੋ ਹਜੇ ਤਾਂ ਸਕਸੈਸ ਉਹਦੀ ਮਨਾ ਰਹੇ ਕਿਉਂਕਿ ਗੀਤ ਨੂੰ ਬਹੁਤ ਪਿਆਰ ਦਿੱਤਾ ਜਿਹੜਾ ਹੈ ਜਾ ਰਿਹਾ ਹੈ ਔਰ ਟ੍ਰੈਂਡ ਕਰ ਰਿਹਾ, ਰੀਲਸ 'ਤੇ ਟ੍ਰੈਂਡ ਕਰ ਰਿਹਾ, ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ, ਸੋ ਉਹਨਾਂ ਤੋਂ ਜਾਣਦੇ ਆ ਕਿ ਉਹ ਇਸ ਸਕਸੈਸ ਨੂੰ ਕਿਵੇਂ ਇੰਜੋਏ ਕਰੇ। ਸੋ ਐਮ ਕੇ ਸਾਂਝ ਤੁਹਾਡਾ ਬਹੁਤ ਸਵਾਗਤ ਹੈ ਔਰ ਰਮਜ਼ਾਨ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਮੈਮ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਯਾਨੀ ਕਿ ਰਮਜ਼ਾਨ ਵੱਲੋਂ, ਐਂਡ ਥੈਂਕ ਯੂ ਸੋ ਮਚ, ਅਸੀਂ ਤੁਹਾਡੀ ਬਦੌਲਤ, ਸਾਰਿਆਂ ਦੀ ਬਦੌਲਤ ਗਲੀਆਂ ਨੂੰ ਬਹੁਤ ਸਾਰਾ ਪਿਆਰ ਜੀ। ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਨੇਹਾ ਅਤੇ ਜਗਬਾਣੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ, ਅਤੇ ਬਹੁਤ ਹੀ ਸਟਿਲ ਹਜੇ ਤੱਕ ਪਿਆਰ ਮਿਲ ਰਿਹਾ ਗਲੀਆਂ ਨੂੰ, ਅਤੇ ਬਹੁਤ ਵਧੀਆ ਲੱਗ ਰਿਹਾ। ਸੋ ਗਲੀਆਂ ਪਹੁੰਚ ਹੀ ਗਿਆ, ਗਲੀਆਂ ਟੱਪ ਟੱਪ ਕੇ ਹੈ ਨਾ ਹਰ ਜਗ੍ਹਾ ਹਰ ਘਰ, ਬਿਲਕੁਲ ਸ਼ਹਿਰਾਂ ਦੀ ਗਲੀਆਂ 'ਚ ਵੜ ਚੁੱਕੇ, ਬਸ ਪਿੰਡ ਵਾਲੀਆਂ ਰਹਿ ਗਈਆਂ, ਉਹਨਾਂ 'ਚ ਜਾ ਰਿਹਾ। ਵੈਸੇ ਪਿੰਡ ਵਾਲਿਆਂ ਨੇ ਬਹੁਤ ਸਪੋਰਟ ਕੀਤੀ ਹੈ ਸਾਰਿਆਂ ਨੇ, ਬਹੁਤ ਸੋਹਣਾ ਰਿਸਪੌਂਸ ਆ ਰਿਹਾ, ਖੁਸ਼ੀ ਹੋਈ ਹੈ। ਸੋ ਗਾਣੇ ਦੀ ਗੱਲ ਕਰਾਂਗੇ ਪਰ ਮੈਂ ਚਾਹੂੰਗੀ 2 ਲਾਈਨਸ ਹੋ ਜਾਣ ਪਹਿਲੇ, ਹੈ ਨਾ, ਇੰਨਾ ਇੰਨਾ ਪਿਆਰ ਜੋ ਦੇ ਰਹੇ ਹੋ। ਜ਼ਰੂਰ ਜ਼ਰੂਰ। ਹੋ ਤੇਰੀ ਗਲੀਆਂ 'ਚ ਮੇਰਾ ਕੁਝ ਵੀ ਨਹੀਂ, ਆ ਤੇਰੀ ਜਿਸਮਾਂ ਦੀ ਪਿਆਸ ਕਦੇ ਬੁਝਣੀ ਨਹੀਂ, ਆਓ ਜ਼ਾਰ 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 ਰੋਵਾਂ ਤੇਰੇ ਲਈ, ਹੱਥ ਜੋੜ ਖੈਰ ਮੰਗਾਂ ਤੇਰੇ ਲਈ, ਆਓ ਜ਼ਾਰ 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 ਰੋਵਾਂ ਤੇਰੇ ਲਈ, ਹੱਥ ਜੋੜ ਖੈਰ ਮੰਗਾਂ ਤੇਰੇ ਲਈ, ਜੁੱਤੀ ਥੱਲੇ ਰੱਖੇ ਮੈਨੂੰ ਜ਼ਿੰਦਗੀ 'ਚ ਨਹੀਂ, ਵੇ ਜੁੱਤੀ ਥੱਲੇ ਰੱਖੇ ਮੈਨੂੰ ਜ਼ਿੰਦਗੀ 'ਚ ਨਹੀਂ, ਹੁਣ ਤੇਰੀ ਤਾਂ ਕੀ, ਹੁਣ ਤੇਰੀ ਤਾਂ ਕੀ, ਮੈਂ ਰਹਿਣਾ ਖੁਦ ਦੀ ਵੀ ਨਹੀਂ, ਤੇਰੀ ਗਲੀਆਂ 'ਚ ਮੇਰਾ ਕੁਝ ਵੀ ਨਹੀਂ, ਤੇਰੀ ਜਿਸਮਾਂ ਦੀ ਪਿਆਸ ਕਦੇ ਬੁਝਣੀ ਨਹੀਂ। ਥੈਂਕ ਯੂ ਜੀ। ਬੋਲ ਬਹੁਤ ਪਿਆਰੇ, ਗਾਣੇ ਦੀ ਆਵਾਜ਼ ਤੁਹਾਡੀ ਬਹੁਤ ਪਿਆਰੀ ਹੈ, ਔਰ ਵੀਡੀਓ ਪ੍ਰੋਜੈਕਟ ਜਿੰਨਾ ਦਾ ਹੈਗਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ, ਕਿਉਂਕਿ ਇੰਨਾ ਪਿਆਰਾ ਪ੍ਰੋਜੈਕਟ ਹੈ, ਇੰਨੀ ਪਿਆਰੀ ਵੀਡੀਓ ਦਾ ਕਨਸੈਪਟ ਹੈ, ਇੰਨੇ ਵਧੀਆ ਤਰੀਕੇ ਨਾਲ ਸ਼ੂਟ ਹੋਈ ਹੈ ਨਾ, 4 ਚੰਨ ਲਾ ਦਿੰਦੀ ਹੈ ਗਾਣੇ ਦੇ ਵਿੱਚ, ਰਾਈਟ? ਸੋ ਰਿਵਿਊਜ਼ ਕੀ ਆ ਰਹੇ ਹੈ ਹੁਣ, ਐਂਡ ਜਦੋਂ ਥੋੜ੍ਹਾ ਤੁਹਾਡੀ ਜਦੋਂ ਲੁੱਕ ਰਿਵੀਲ ਹੋਈ ਸੀ, ਹੈ ਨਾ, ਇੱਕ ਕੁਛ ਵੀਡੀਓਜ਼ ਦੇ ਵਿੱਚ, ਕੁਛ ਕਲਿੱਪਸ ਦੇ ਵਿੱਚ, ਤੇ ਲੋਕਾਂ ਨੇ ਟ੍ਰੋਲ ਕੀਤਾ ਸੀਗਾ, ਹੈ ਨਾ, ਉਹਦਾ ਰਮਜ਼ਾਨ ਦੀ ਲੁੱਕ ਨੂੰ, ਸੋ ਉਸ ਤੋਂ ਬਾਅਦ ਜਦੋਂ ਗਾਣਾ ਰਿਲੀਜ਼ ਹੋਇਆ ਹੁਣ ਕਿਵੇਂ ਦੇ ਰਿਵਿਊਜ਼ ਆ ਰਹੇ? ਜਿਵੇਂ ਤੁਹਾਨੂੰ ਨੇਹਾ ਪਹਿਲਾਂ ਕਿਹਾ ਸੀ ਕਿ ਜਿਹੜੇ ਟ੍ਰੋਲਸ ਹੋ ਰਹੇ ਆ ਜਾਂ ਲੋਕ ਇਸ ਲੁੱਕ ਨੂੰ ਨੈਗੇਟਿਵ ਲੈ ਕੇ ਜਾ ਰਹੇ ਆ, ਜਦੋਂ ਵੀਡੀਓ ਆਊਗੀ ਡੈਫੀਨੇਟਲੀ ਲੋਕ ਉਹਨੂੰ ਪਸੰਦ ਕਰਨਗੇ, ਕਿਉਂਕਿ ਜਿਸ ਤਰੀਕੇ ਨਾਲ ਉਹਨੂੰ ਪੇਸ਼ ਕੀਤਾ ਗਿਆ ਸੀ ਕੁਝ ਕੁ ਲੋਕਾਂ ਵੱਲੋਂ, ਉਹ ਉੱਦਾਂ ਦਾ ਬਿਲਕੁਲ ਨਹੀਂ ਸੀਗਾ। ਸੋ ਇੱਕ ਹੁਣ ਉਹਦੇ ਵਿੱਚ ਕਨਸੈਪਟ 'ਚ ਕਲੀਅਰ ਹੁੰਦਾ ਕਿ ਜਿੱਦਾਂ ਬੁੱਲੇ ਸ਼ਾਹ ਜੀ ਆਪਣੇ ਇਸ਼ਕ ਦੇ ਵਿੱਚ
ਝਾਂਜਰਾਂ ਪਾ ਕੇ ਨੱਚਦੇ ਸੀ ਉਹ ਇੱਕ ਇਸ਼ਕ ਦੇ ਵਿੱਚ ਕਮਲੇ ਹੋਣ ਦੀ ਗੱਲ ਆ ਤੇ ਉਹਦਾ ਕਿਸੇ ਕੋਈ ਧਰਮ ਨਾਲ ਲੈਣਾ ਦੇਣਾ ਨਹੀਂ ਸੀ ਤੇ ਪਰ ਡੈਫੀਨੇਟਲੀ ਹੁਣ ਲੋਕਾਂ ਵੱਲੋਂ ਜਿਹੜੇ ਰਿਵਿਊਜ਼ ਆ ਰਹੇ ਆ ਬੰਬੇ ਤੋਂ ਕਾਲ ਆ ਰਹੀਆਂ ਰਾਜਸਥਾਨ ਤੋਂ ਬਾਹਰੋਂ ਵਧੀਆ ਪ੍ਰੋਜੈਕਟਸ ਦੇ ਲਈ ਅੱਗੇ ਸਾਨੂੰ ਆਫਰਸ ਆ ਰਹੇ ਆ ਤੇ ਡੈਫੀਨੇਟਲੀ ਹੁਣ ਮਿਹਨਤ ਜਿਹੜੀ ਆ ਲੋਕਾਂ ਨੇ ਵੀ ਸਮਝੀ ਆ ਮੈਨੂੰ ਸਭ ਤੋਂ ਜ਼ਿਆਦਾ ਇਹ ਚੰਗਾ ਲੱਗਾ ਕਿ ਪਿੰਡਾਂ ਤੋਂ ਸ਼ਹਿਰਾਂ ਤੋਂ ਫੋਨਸ ਆਏ ਆ ਜਿਹੜੇ ਉਹਨਾਂ ਦੇ ਰਿਵਿਊਜ਼ ਆ ਤੁਸੀਂ ਜਦੋਂ ਯੂਟਿਊਬ ਤੇ ਜਾ ਕੇ ਪੜੋਗੇ ਤੁਹਾਨੂੰ ਖੁਦ ਲੱਗੂਗਾ ਕਿ ਲੋਕਾਂ ਨੇ ਟਾਈਮ ਕੱਢ ਕੇ ਕੁਛ ਸਪੈਸ਼ਲ ਲਿਖਿਆ ਇਹਦਾ ਮਤਲਬ ਲੋਕਾਂ ਨੂੰ ਪ੍ਰੋਜੈਕਟ ਵਧੀਆ ਲੱਗਿਆ ਓਬਵੀਅਸਲੀ ਹੈ ਨਾ ਔਰ ਜਿੰਨਾ ਮੈਨੂੰ ਪਹਿਲਾਂ ਨੈਗੇਟਿਵ ਕੀਤਾ ਗਿਆ ਜਾਏ ਇਸ ਚੀਜ਼ ਨੂੰ ਮੇਰੀ ਨੂੰ ਲੈ ਕੇ ਮੈਨੂੰ ਖੁਦ ਨੂੰ ਵੀ ਫੀਲ ਹੋਣ ਲੱਗ ਗਿਆ ਸੀ ਕਿਤੇ ਨਾ ਕਿਤੇ ਕਿ ਯਾਰ ਮੈਂ ਕੁਛ ਗਲਤ ਨੀ ਕਰ ਲਿਆ ਬਹੁਤ ਜ਼ਿਆਦਾ ਕਿਉਂਕਿ ਮੈਂ ਕੁਛ ਕਰਨਾ ਚਾਹੁੰਦਾ ਸੀਗਾ ਆਪਣੇ ਐਕਟ ਨੂੰ ਲੈ ਕੇ ਇੱਕ ਉਸ ਆਪਣੇ ਗਾਣੇ ਨੂੰ ਵਰਸਟਾਈਲ ਕਰਨਾ ਚਾਹੁੰਦਾ ਸੀ ਹੈ ਨਾ ਤੇ ਮੈਨੂੰ ਉਹ ਚੀਜ਼ ਸੀ ਪਰ ਜਦੋਂ ਗਾਣਾ ਇਹ ਆਇਆ ਹੁਣ ਜਦੋਂ ਲੋਕ ਵੀਡੀਓ ਦੇਖ ਰਹੇ ਆ ਤਾਂ ਉਹਨਾਂ ਨੇ ਮੇਰੀ ਗਾਇਕੀ ਨੂੰ ਅਲੱਗ ਰੱਖਤਾ ਕਿਤੇ ਜਸਟ ਮੇਰੇ ਐਕਟ ਨੂੰ ਤੇ ਉਸ ਵੀਡੀਓ ਨੂੰ ਸਾਰਿਆਂ ਨਾਲੋਂ ਵੱਧ ਪਿਆਰ ਮਿਲਦਾ ਬਿਲਕੁਲ ਲਿਰਿਕਸ ਨੂੰ ਪਿੱਛੇ ਰੱਖਿਆ ਗਿਆ ਕੰਪੋਜ਼ ਨੂੰ ਗਾਇਕੀ ਨੂੰ ਬਸ ਐਕਟ ਨੂੰ ਐਕਟ ਜਿੱਥੇ ਵੀ ਕੋਈ ਸ਼ੇਅਰ ਵੀ ਕਰਦਾ ਨਾਰਮਲ ਬੰਦਾ ਵੀ ਤਾਂ ਉਹ ਵੀ ਸਪੈਸ਼ਲੀ ਮੈਂਸ਼ਨ ਕਰਕੇ ਲਿਖਦਾ ਕਿ ਜਸਟ ਐਪਰੀਸ਼ੀਏਟ ਨਹੀਂ ਜ਼ਿਆਦਾ ਕਰਦੇ ਹੁੰਦੇ ਉਹ ਲੋਕੀ ਵੀ ਓਬਵੀਅਸਲੀ ਤੁਹਾਨੂੰ ਤੰਗ ਕਰ ਰਹੇ ਅਸੀਂ ਦੇਖ ਰਹੇ ਸੀਗੇ ਬਟ ਸਟਿਲ ਤੁਸੀਂ ਬਹੁਤ ਸਟਾਰਟਿੰਗ ਤੋਂ ਹੀ ਬੜੇ ਸਟਰੋਂਗ ਰਹੇ ਹੋ ਹੈ ਨਾ ਇਸ ਚੀਜ਼ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਔਰ ਹਜੇ ਵੀ ਤੁਸੀਂ ਬਹੁਤ ਸਟਰੋਂਗ ਹੋ ਸੋ ਅਸੀਂ ਇਹੀ ਕਹਾਂਗੇ ਕਿ ਜਿਹੜੇ ਵੀ ਅੱਗੇ ਪ੍ਰੋਜੈਕਟਸ ਹਨ ਉਹ ਬਹੁਤ ਵਧੀਆ ਹੋਣ ਤੇ ਇਦਾਂ ਚੀਜ਼ਾਂ ਤੁਹਾਨੂੰ ਕਦੀ ਡਿਸਟਰਬ ਨਾ ਕਰਨ ਹੈ ਨਾ ਕਿਉਂਕਿ ਜ਼ਰੂਰੀ ਹੁੰਦਾ ਇੱਕ ਆਰਟਿਸਟ ਦੇ ਲਈ ਕਿ ਉਹ ਬਿਲਕੁਲ ਆਪਣਾ ਫਰੈਸ਼ ਮਾਈਂਡ ਕਰਕੇ ਹੈ ਨਾ ਜਿਹੜੇ ਪ੍ਰੋਜੈਕਟ ਤੇ ਇੰਨਾ ਕੰਮ ਕਰਦੇ ਨੇ ਮਿਹਨਤ ਕਰਦੇ ਜਿਹੜੇ ਪ੍ਰੋਜੈਕਟ ਸੋਚਦੇ ਉਹਨਾਂ ਲਈ ਬੜਾ ਹੁੰਦਾ ਕਿ ਅਸੀਂ ਹਮੇਸ਼ਾ ਹੀ ਵਧੀਆ ਲੋਕਾਂ ਹੀ ਲੈ ਕੇ ਆਈਏ ਸੋ ਉਹਦੇ ਲਈ ਫਰੈਸ਼ ਜਿਹੜਾ ਮਾਈਂਡ ਜਿਹੜਾ ਹਮੇਸ਼ਾ ਫਰੈਸ਼ ਰਹਿਣਾ ਜ਼ਰੂਰੀ ਪਰ ਹੁਣ ਇਹ ਆਦਤ ਵੀ ਬਣ ਗਈ ਹੈ ਨਾ ਵੱਖਰੀਆਂ ਪ੍ਰੋਫਾਈਲਾਂ ਤੋਂ ਉਹ ਕਮੈਂਟ ਕੰਟੀਨਿਊਸਲੀ ਹੈ ਨਾ ਕਿ ਤੁਹਾਨੂੰ ਡੰਮ ਫੀਲ ਕਰਾਉਣ ਦੇ ਲਈ ਪਰ ਅਸੀਂ ਉਸ ਚੀਜ਼ ਤੇ ਕੁਛ ਰਿਐਕਟ ਨਹੀਂ ਕੀਤਾ ਸਾਨੂੰ ਕਹਿਣ ਦੀ ਲੋੜ ਨਹੀਂ ਆ ਕਿਉਂਕਿ ਮੈਂ ਜਿਵੇਂ ਕਿਹਾ ਹੁਣ ਆਦਤ ਬਣ ਗਈ ਆ ਪਹਿਲਾਂ ਹਾਈਪਰ ਹੋ ਜਾਈਦਾ ਯਾਰ ਮਿਹਨਤ ਕੀਤੀ ਆ ਚੀਜ਼ ਸੁਣੇ ਬਿਨਾਂ ਲਾਈਕ ਤੋਂ ਪਹਿਲਾਂ ਡਿਸਲਾਈਕ ਆ ਜਾਂਦਾ ਇਹ ਦੇਖ ਕੇ 5 ਮਿੰਟ ਦਾ ਗਾਣਾ ਆ ਅਜੇ ਗਾਣਾ ਪਬਲਿਸ਼ ਹੋਏ ਨੂੰ ਇੱਕ ਮਿੰਟ ਵੀ ਨਹੀਂ ਹੋਇਆ ਪਹਿਲਾਂ ਡਿਸਲਾਈਕ ਵੱਜਣੇ ਸ਼ੁਰੂ ਹੋ ਜਾਂਦੇ ਮੈਨੂੰ ਲੱਗਦਾ ਆ ਕਿ ਇਹੋ ਜਿਹੇ ਲੋਕ ਬੂਸਟ ਕਰਦੇ ਆ ਸਾਨੂੰ ਹੋਰ ਮਿਹਨਤ ਕਰਨ ਨੂੰ ਦਿਲ ਕਰਦਾ ਆ ਐਂਡ ਮੈਂ ਕਹਿੰਦੀ ਆ ਕਿ ਚੰਗਾ ਇਹੋ ਜਿਹੇ ਲੋਕ ਪਿੱਛੇ ਲੱਗੇ ਰਹਿਣ ਇਹ ਸਾਨੂੰ ਫ੍ਰੀ ਦੇ ਵਿੱਚ ਬੂਸਟ ਕਰਨ 'ਚ ਲੱਗੇ ਹੋਏ ਆ ਤਾਂ ਅਸੀਂ ਸਲੋ ਵੀ ਨਹੀਂ ਹੁੰਦੇ ਨਹੀਂ ਬਿਲਕੁਲ ਔਰ ਇਹ ਚੀਜ਼ ਖਾਸ ਕਰਕੇ ਆ ਕਿ ਮੈਂ ਇਹ ਚੀਜ਼ ਮੰਨਦਾ ਕਿ ਜਿਹੜੇ ਲੋਕਾਂ ਨੂੰ ਆਪਣੀ ਗੱਲ ਜ਼ਾਹਰ ਕਰਨ ਲਈ ਜਾਂ ਅਗਰ ਮੈਨੂੰ ਕਿਸੇ ਨੇ ਨੈਗੇਟਿਵ ਵੀ ਬੋਲਣਾ ਨੈਗੇਟਿਵ ਬੋਲਣ ਲਈ ਉਹਨਾਂ ਨੂੰ ਫੇਕ ਪ੍ਰੋਫਾਈਲ ਬਣਾਉਣੀ ਪੈਂਦੀ ਹੈ ਤਾਂ ਉਹਨਾਂ ਦਾ ਉਹ ਕਿ ਨਹੀਂ ਉਹ ਮਿਹਨਤ ਕਸ਼ ਲੋਕ ਨੇ ਉਹਨਾਂ ਦੀ ਵੀ ਇੱਕ ਮਿਹਨਤ ਹੈ ਸਾਨੂੰ ਉਹਨੂੰ ਇਗਨੋਰ ਨਹੀਂ ਮਾਰਨਾ ਚਾਹੀਦਾ ਐਂਡ ਥੈਂਕ ਯੂ ਸੋ ਮੱਚ ਹੈ ਉਹਨਾਂ ਦਾ ਵੀ ਹਾਂ ਯਾਰ ਠੀਕ ਹੈ ਤੁਸੀਂ ਮੈਨੂੰ ਬੂਸਟ ਕਰਦੇ ਹੋ ਫਰਕ ਮੈਨੂੰ ਕੋਈ ਨਹੀਂ ਪੈ ਰਿਹਾ ਪਹਿਲਾਂ ਪੈਂਦਾ ਹੁੰਦਾ ਸੀ ਹੁਣ ਮੈਨੂੰ ਇਹਨਾਂ ਨੇ ਠੀਠ ਕਰਦਾ ਕਹਿ ਕੇ ਬੂਸਟ ਦੇ ਉੱਤੇ ਰੱਖਦਾ ਹਾਂਜੀ ਹਾਂਜੀ ਪਰ ਦੇਖੋ ਉਹ ਕਿੰਨੀ ਮਿਹਨਤ ਲਗਾ ਰਹੇ ਤੁਹਾਡੇ ਪਿੱਛੇ ਕਿ ਨਾ ਆਪਣੀ ਸਪੈਸ਼ਲ ਪ੍ਰੋਫਾਈਲਸ ਬਣਾਉਂਦੇ ਔਰ ਉਸ ਤੋਂ ਬਾਅਦ ਕਮੈਂਟ ਜਿਹੜਾ ਹੈ ਨਾ ਫੇਕ ਪ੍ਰੋਫਾਈਲਸ ਤੋਂ ਕਰਦੇ ਆ ਬਿਲਕੁਲ ਉਹਨਾਂ ਨੂੰ ਵੀ ਕੰਮ ਲਾਇਆ ਹੋਇਆ ਫਿਰ ਨਹੀਂ ਚਲੋ ਉਹਨਾਂ ਨੂੰ ਸ਼ਾਇਦ ਕੰਮ ਮਿਲ ਗਿਆ ਹੋਵੇ ਇਸ ਵਾਰ ਮੈਨੂੰ ਤਾਂ ਮਿਲੇ ਉਹਨਾਂ ਨੂੰ ਵੀ ਮਿਲ ਗਿਆ ਅਸੀਂ ਇੱਕੋ ਚੀਜ਼ ਹਮੇਸ਼ਾ ਕਹਿੰਦੇ ਨੇ ਅਸੀਂ ਕਹਿੰਦੇ ਨੇ ਆ ਇਹਨਾਂ ਨੇ ਲੱਤ ਫੜੀ ਹੋਈ ਹੈ ਪਰਮਾਤਮਾ ਨੇ ਫੜੀ ਹੋਈ ਹੈ ਜਿਵੇਂ ਪਰਮਾਤਮਾ ਉੱਪਰ ਲੈ ਕੇ ਜਾ ਰਿਹਾ ਹੈ ਤੇ ਇਹਨਾਂ ਨੂੰ ਲੱਤਾਂ ਖਿੱਚਣ ਦੇ ਹੋ ਸਕਦਾ ਥੋੜੀ ਹਾਈਟ ਲੰਬੀ ਹੋਵੇ ਮੋਟੇ ਹੋ ਰਹੇ ਆ ਥੋੜੇ ਮੈਂ ਇਹ ਗੱਲ ਕਹਿਣ ਲੱਗੀ ਸੀ ਕਿ ਮੈਂ ਹੋਰ ਲੰਬਾ ਹੋ ਜਾਂਦਾ ਸ਼ਾਇਦ ਮੈਂ ਤਾਂ ਨਹੀਂ ਹੋ ਜਾਂਦਾ ਤੁਸੀਂ ਬਿਲਕੁਲ ਲੰਬੇ ਨਾ ਹੋਏ ਤੁਸੀਂ ਇੰਨੇ ਠੀਕ ਹੋ ਕੋਈ ਕਹਿੰਦਾ ਵੀ ਇਸ ਤੋਂ ਬਾਅਦ ਤਾਂ ਮੇਰਾ ਕੁਝ ਬੰਨਾ ਵੀ ਉਸ ਹਿਸਾਬ ਨਾਲ ਜਿੰਨੇ ਜਿਸ ਹਿਸਾਬ ਨਾਲ ਲੱਤਾਂ ਖਿੱਚੀਆਂ ਨੇ ਜ਼ਿਆਦਾ ਨਾ ਲੰਬਾ ਕਰ ਲਿਆ ਕੁਛ ਠੀਕ ਹੈ ਨਾ ਪਰ ਕੋਈ ਗੱਲ ਨਹੀਂ ਥੈਂਕ ਯੂ ਸੋ ਮੱਚ ਹੈ ਮਿਹਰਬਾਨੀ ਉਹਨਾਂ ਦੀ ਵੀ ਕੋਈ ਨਹੀਂ ਜਿੱਦਾਂ ਵੀ ਹੈਗੇ ਆ ਪਰ ਕਮ ਸੇ ਕਮ ਮੈਨੂੰ ਦੇਖਦੇ ਆ ਉਹਨਾਂ ਦਾ ਧਿਆਨ ਮੇਰੇ 'ਤੇ ਪ੍ਰੋਪਰ ਹੁੰਦਾ ਔਰ ਮੈਨੂੰ ਇਸ ਚੀਜ਼ ਦੀ ਖੁਸ਼ੀ ਹੋਈ ਹੈ ਕਿ ਮੇਰੀ ਮਿਹਨਤ ਨੇ ਜਾਂ ਅਸੀਂ ਜਿਹੜਾ ਪ੍ਰੋਜੈਕਟ ਕੀਤਾ ਉਹਨਾਂ ਤੱਕ ਪਹੁੰਚਿਆ ਲੋਕਾਂ ਤੱਕ ਪਹੁੰਚਿਆ ਠੀਕ ਹੈ ਨਾ ਤਾਂ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਕੁਛ ਚੰਗਾ ਕੀਤਾ ਹੋਣਾ ਚਾਹੀਦਾ ਜੈਲਸ ਫੈਕਟਰ ਆਏ ਨਾ ਕਿਤੇ ਨਾਲੇ 500 ਬੰਦੇ ਦੀ ਟੀਮ ਨੇ ਕੰਮ ਕੀਤਾ ਬਿਲਕੁਲ ਸੋ ਇੱਕ ਬੰਦੇ ਦੀ ਮਿਹਨਤ ਨਹੀਂ ਹੈ ਇੰਨੇ ਬੰਦੇ ਦੀ ਬਿਲਕੁਲ ਸੋ ਦੈਟਸ ਵਾਈ ਦੈਟ ਇਸ ਪੀਰੀਅਡ ਮਤਲਬ ਇਹ ਹੁੰਦਾ ਹੈ ਕਿ ਪੋਜ਼ ਨੈਗੇਟਿਵ ਚ ਵੀ ਪੋਜ਼ਿਟਿਵ ਲਵ ਰਹੇ ਨੇ ਬਟ ਬਹੁਤ ਬਹੁਤ ਅੱਛੀ ਚੀਜ਼ ਹੈ ਤੁਸੀਂ ਤਾਂ ਹੁਣ ਮੈਨੂੰ ਲੱਗਦਾ ਕਿ ਕੱਲ ਪਰਸੋਂ ਸ਼ੋਅ ਹੋਇਆ ਤੁਸੀਂ ਉੱਥੇ ਵੀ ਗਾਣਾ ਆਪਣਾ ਗਾਇਆ ਲੋਕਾਂ ਨੇ ਉੱਥੇ ਵੀ ਪਸੰਦ ਕੀਤਾ ਹੈ ਨਾ ਸਟੇਜ ਤੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਪਸੰਦ ਕੀਤਾ ਕਿਉਂਕਿ ਇਹ ਚੀਜ਼ਾਂ ਸਾਰੀ ਟੀਮ ਦੀ ਬਦੌਲਤ ਹੀ ਆ ਮੇਰੀ ਖਾਸ ਕਰਕੇ ਐਮ ਕੇ ਸਨ ਮੈਮ ਤੁਹਾਨੂੰ ਫਸਟ ਡੇ ਤੋਂ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਨੂੰ ਹੀ ਪਤਾ ਜਿਹੜੇ ਮੈਨੂੰ ਜਾਣਦੇ ਹੋ ਇਹਨਾਂ ਨੂੰ ਵੀ ਜਾਣਦੇ ਆ ਔਰ
ਨਾਲ ਹੀ ਆ ਕਿ ਜਿਹੜੇ ਮੇਰੇ ਭਰਾ ਮੈਨੂੰ ਸਪੋਰਟ ਕਰਦੇ ਆ ਹਮੇਸ਼ਾ, ਜਿਵੇਂ ਸੰਗਰਾਮ ਹੰਜਰਾ ਵੀਰਾ, ਜੀ ਖਾਨ ਵੀਰਾ, ਮਾਸ਼ੇ ਹੋਣੀ, ਉਹ ਸਾਰੇ ਹੀ ਹੈ ਨਾ ਵੀ ਮੈਨੂੰ ਪਿਆਰ ਕਰਦੇ, ਉਹਨਾਂ ਦੀ ਬਦੌਲਤ ਕਿਤੇ ਨਾ ਕਿਤੇ ਜਦੋਂ ਅਸੀਂ ਜਾਂਦੇ ਹਾਂ ਕਿਤੇ ਵੀ ਅਸੀਂ ਸ਼ੋਅ ਕਰਦੇ ਹਾਂ ਨਾ ਜਾਂ ਕੁਛ ਵੀ ਕਰਦੇ ਹਾਂ ਤਾਂ ਓਬਵੀਅਸ ਗਾਣਾ ਪਹਿਲਾਂ ਪਹੁੰਚਿਆ ਹੁੰਦਾ, ਉਦੋਂ ਤੁਹਾਨੂੰ ਜ਼ਿਆਦਾ ਖੁਸ਼ੀ ਹੁੰਦੀ ਆ। ਜਦੋਂ ਪਹਿਲਾਂ ਇੱਕ ਨੋਰਮਲ ਰਮਜ਼ਾਨ ਸੀ, ਹੁਣ ਗਲੀਆਂ ਵਾਲਾ ਰਮਜ਼ਾਨ ਹੋ ਗਿਆ, ਇਸ ਵੇਲੇ ਜਾਨਵਰ ਰਮਜ਼ਾਨ ਸੀ ਹੈ ਨਾ, ਉਹ ਚੀਜ਼ਾਂ ਜਦੋਂ ਲੋਕ ਤੁਹਾਨੂੰ ਡਿਮਾਂਡ ਕਰਦੇ ਜਦੋਂ ਸੁਣਦੇ ਆ, ਮੈਨੂੰ ਇੰਨਾ ਸੋਹਣਾ ਰਿਸਪੋਂਸ ਦਿੱਤਾ। ਔਰ ਪਿੰਡ ਵਾਲਿਆਂ ਨੇ ਜਿਨ੍ਹਾਂ ਨੂੰ ਮੈਨੂੰ ਇਹ ਸੀਗਾ ਕਿ ਪੈਨ ਇੰਡੀਆ ਗਾਣਾ ਕੀਤਾ ਸ਼ਾਇਦ ਨਾ ਸਮਝ ਆਵੇ, ਬਟ ਉਹਨਾਂ ਨੇ ਸਪੈਸ਼ਲੀ ਐਕਟਰ ਨੂੰ ਲੈ ਕੇ ਠੀਕ ਹੈ ਬਹੁਤ ਸੋਹਣਾ ਰਿਸਪੋਂਸ ਦਿੱਤਾ ਔਰ ਬਹੁਤ ਸੋਹਣਾ ਪਿਆਰ ਦਿੱਤਾ। ਜੀ ਖਾਨ ਨੇ ਬਹੁਤ ਸਪੋਰਟ ਕੀਤੀ ਤੁਹਾਡੇ ਇਸ ਗਾਣੇ ਦੀ, ਰਾਈਟ? ਹਮੇਸ਼ਾ ਤੋਂ ਨਾਲ ਨੇ ਉਹ? ਬਿਲਕੁਲ, ਮੈਂ ਜਦੋਂ ਗਾਉਂਦਾ ਵੀ ਨਹੀਂ ਸੀ ਹੁੰਦਾ, ਮੈਂ ਥੋੜਾ ਬਹੁਤਾ ਘਰੇ ਗਾ ਕੇ ਪਾਉਂਦਾ ਹੁੰਦਾ ਸੀ ਨਾ ਕੋਈ ਵੀਡੀਓ, ਜੀ ਖਾਨ ਮੈਨੂੰ ਉਦੋਂ ਤੋਂ ਸਪੋਰਟ ਕਰਦਾ ਹੁੰਦਾ ਸੀ ਵੀ, ਮਤਲਬ ਕਿ ਉਹਨੇ ਉਹ ਹਮੇਸ਼ਾ ਹੀ ਰੱਖਿਆ ਕਿ ਮੇਰਾ ਭਰਾ ਅੱਗੇ ਆਵੇ ਹਰ ਜਗ੍ਹਾ 'ਚ, ਅਤੇ ਹੁਣ ਵੀ ਇੱਦਾਂ ਹੀ ਆ। ਜਦੋਂ ਮੈਂ ਉਹਨੂੰ ਕਦੇ ਵੀ ਕੋਈ ਕੰਮ ਕਵਾਂ ਕਿ ਵੀਰੇ ਮੈਂ ਆਹ ਕੰਮ ਕਰਨਾ ਜਾਂ ਮੈਨੂੰ ਆਹ ਚੀਜ਼ ਕਰਾਂ, ਉਹਦੀ ਕੋਈ ਰਾਇ ਲਵਾਂ, ਤਾਂ ਹਰ ਜਗ੍ਹਾ ਕਿਸੇ ਵੀ ਸਿਚੁਏਸ਼ਨ 'ਤੇ ਕਿ ਇੱਕ ਬੋਲ 'ਤੇ ਹਾਜ਼ਰ ਹੋ ਜਾਂਦਾ। ਸੇਮ ਸੰਗਰਾਮ ਵੀਰਾ, ਦੋਨੇ ਮੈਨੂੰ ਬਹੁਤ ਸਪੋਰਟ ਕਰਦੇ। ਬਹੁਤ ਵਧੀਆ ਚੀਜ਼ ਹੈ ਐਮ ਕਿ ਇਦਾਂ ਦਾ ਪ੍ਰੋਜੈਕਟ ਜੋ ਤੁਸੀਂ ਪੈਨ ਇੰਡੀਆ ਬਣਾਓ ਹੈ ਨਾ, ਉਹ ਉਹਨੂੰ ਵਧੀਆ ਸਕਸੈਸ ਵੀ ਮਿਲ ਜਾਵੇ ਉਸ ਤੋਂ ਬਾਅਦ, ਕਿਉਂਕਿ ਅਸੀਂ ਪੰਜਾਬੀ, ਅਸੀਂ ਰੀਜਨਲ ਹੈ ਨਾ, ਇੱਕ ਇੰਡਸਟਰੀ ਹੈ ਸਾਡੀ, ਅਸੀਂ ਪੰਜਾਬੀ ਇੰਡਸਟਰੀ ਤੋਂ ਦੋ ਸਾਡੀ ਜਿਹੜੀ ਇੰਡਸਟਰੀ ਹੈ ਉਹ ਬਾਲੀਵੁੱਡ ਵਿੱਚ ਵੀ ਲੋਕ ਉਸਨੂੰ ਸੁਣਦੇ ਹੈ ਨਾ, ਪੈਨ ਇੰਡੀਆ ਤਾਂ ਹੈ ਹੀ ਹੈ, ਓਵਰਸੀਜ਼ ਵੀ ਲੋਕ ਸੁਣਦੇ ਹੈ, ਬਟ ਸਟਿਲ ਤੁਹਾਡੇ ਲਈ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਜਦੋਂ ਇੱਕ ਅੱਛਾ ਪ੍ਰੋਜੈਕਟ ਦੇ ਦਿਓ ਉਸ ਤੋਂ ਬਾਅਦ ਰਿਸਪੋਂਸੀਬਿਲਟੀ ਵੱਧ ਜਾਂਦੀ ਕਿ ਨੈਕਸਟ ਕੀ ਹੋਵੇਗਾ? ਬਿਲਕੁਲ, ਹੁਣ ਥੋੜ੍ਹਾ ਹੋਰ ਪ੍ਰੈਸ਼ਰ ਆ, ਅਸੀਂ ਇੱਕ ਦੋ ਪ੍ਰੋਜੈਕਟਸ ਕਰ ਰਹੇ ਹਾਂ ਬਾਹਰ ਯੂਰਪ ਦੇ ਵਿੱਚ ਹੀ ਸ਼ੂਟ ਕਰ ਰਹੇ ਹਾਂ, ਉਹਨਾਂ ਨੂੰ ਲੈ ਕੇ ਐਕਸਾਈਟਮੈਂਟ ਤਾਂ ਹੈਗੀ ਆ ਕਿ ਚਲੋ ਪਹਿਲਾਂ ਇੰਡੀਆ ਦੀਆਂ ਲੋਕੇਸ਼ਨਸ ਦਿਖਾਈਆਂ, ਮੈਂ ਬੇਸਿਕਲੀ ਯੂਰਪ ਤੋਂ ਹਾਂ, ਮੈਨੂੰ ਇਹ ਹੈ ਕਿ ਹੁਣ ਆਪਣਾ ਘਰ ਵੀ ਦਿਖਾਇਆ ਜਾਂਦਾ ਹੈ ਵੀ ਜਿਸ ਮਿੱਟੀ ਨੇ ਮਤਲਬ ਮਿਹਨਤ ਕਰਨੀ ਸਿਖਾਈ ਉੱਥੋਂ ਦੇ ਲੋਕਾਂ ਨੂੰ ਦਿਖਾਇਆ ਜਾਵੇ, ਅਗਲਾ ਵੀ ਕੁਛ ਵੱਖਰਾ ਹੀ ਆ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਪਸੰਦ ਆਊਗਾ, ਪਲੈਨਿੰਗ ਚੱਲ ਰਹੀ ਆ ਵਧੀਆ, ਜਲਦੀ ਕੁਛ ਇਦਾਂ ਦਾ ਹੋਰ। ਸੋ ਐਮ ਕੇ ਦਾ ਦਿਮਾਗ ਚੱਲਦਾ ਰਹਿੰਦਾ ਕਿ ਹੁਣ ਕੀ ਨਵਾਂ ਕੀ ਲੈ ਕੇ, ਕੀ ਪ੍ਰੋਜੈਕਟ ਚੱਲਦਾ ਹੈ, ਓਲੰਪਿਕ ਵਾਲੀ ਦੌੜ ਹੈ ਇਹਨਾਂ ਦੀ, ਓਲੰਪਿਕ ਵਾਲੀ ਦੌੜ ਹੈ, ਕ੍ਰਾਸ ਕੰਟਰੀ ਖੇਡਦੇ ਆ ਨਾ ਇਹਨਾਂ ਨੇ ਬਹੁਤ ਅੱਗੇ ਤੱਕ ਜਾਣਾ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਇਸ ਚੀਜ਼ ਦਾ ਕਿ ਮੈਂ ਇਹਨਾਂ ਨੂੰ ਹਮੇਸ਼ਾ ਕਹਿਣਾ ਕਿ ਤੁਸੀਂ ਕੁਛ ਅਲੱਗ ਹੋ, ਬਹੁਤ ਜ਼ਿਆਦਾ ਬੂਸਟ, ਮਤਲਬ ਕਿ ਕੰਮ ਨੂੰ ਲੈ ਕੇ, ਆਈਡੀਆਜ਼ ਨੂੰ ਲੈ ਕੇ ਬਹੁਤ ਜ਼ਿਆਦਾ ਐਕਟਿਵ, ਸੋਚ ਵੀ ਨਹੀਂ ਸਕਦੇ ਅਸੀਂ। ਮੈਨੂੰ, ਮੈਂ ਇਕੱਲਾ ਗਾਉਣ ਵਾਲਾ ਹੀ ਹਾਂ ਸਿਰਫ, ਮੈਂ ਤੁਹਾਨੂੰ ਜੋ ਰਮਜ਼ਾਨ 'ਚ ਬਾਕੀ ਚੀਜ਼ਾਂ ਐਡ ਹੋਈਆਂ ਜਿਹੜੀਆਂ ਲੋਕਾਂ ਨੇ ਦੇਖੀਆਂ ਉਹ ਇਹਨਾਂ ਦੀ ਬਦੌਲਤ ਹੈ। ਇਹ ਸੱਚ, ਇਹ ਚੀਜ਼ ਇੱਕ ਹੋ ਜਾਂਦੀ ਹੈ ਨਾ ਜਦੋਂ ਤੁਸੀਂ ਡਿੱਗ ਕੇ ਦੁਬਾਰਾ ਉੱਠ ਕੇ ਖੜੇ ਹੁੰਦੇ ਹੋ, ਫਿਰ ਤੁਹਾਨੂੰ ਉਹ ਅਹਿਸਾਸ ਹੋ ਜਾਂਦਾ ਜਦੋਂ ਤੁਸੀਂ ਡਿੱਗੇ ਹੁੰਦੇ ਕਿ ਕਿੱਦਾਂ ਡਿੱਗੇ ਸੀ, ਫਿਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੱਧ ਜਾਂਦੀ ਆ, ਕਿਤੇ ਨਾ ਕਿਤੇ ਲੱਗਦਾ ਕਿ ਨਹੀਂ ਹੁਣ ਦੁਬਾਰਾ ਨਹੀਂ ਡਿੱਗਣਾ, ਸੋ ਉਸ ਬੂਸਟ ਨਾਲ ਫਿਰ ਡਬਲ ਬੂਸਟ ਕਰਨੀ ਪੈਂਦੀ ਹੈ। ਸੋ ਇਹ ਚੀਜ਼ਾਂ ਕਿਵੇਂ ਮੈਨੇਜ ਕਰਦੇ ਹੋ? ਮਤਲਬ ਠੀਕ ਹੈ ਨਾ, ਇੱਕ ਵਾਰ ਬੰਦਾ ਡਿੱਗਦਾ ਹੈ ਫਿਰ ਉੱਠਦਾ ਹੈ ਫਿਰ ਡਿੱਗਦਾ ਫਿਰ ਉੱਠਦਾ ਹੈ ਨਾ, ਸਮਝ ਬਹੁਤ ਆਉਂਦੀ ਹੈ ਚੀਜ਼ਾਂ ਹੈ ਨਾ, ਔਰ ਬਹੁਤ ਅਸੀਂ ਐਕਸਪੀਰੀਅੰਸ ਲੈ ਕੇ ਚੱਲਦੇ ਹਾਂ, ਬਟ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਬੜਾ ਔਖਾ ਹੁੰਦਾ। ਇੱਕ ਪਾਸੇ ਤੁਸੀਂ ਇੰਨੀ ਨੈਗੇਟਿਵਿਟੀ ਦੇਖ ਰਹੇ ਹੋ, ਇੱਕ ਪਾਸੇ ਤੁਸੀਂ ਆਪਣੀ ਟੀਮ ਨੂੰ ਇੰਨਾ ਬੂਸਟ ਕਰ ਰਹੇ ਹੋ ਹੈ ਨਾ, ਇੱਕ ਪਾਸੇ ਸੋਚ ਰਹੇ ਹੋ ਕਿ ਅੱਗੇ ਅਸੀਂ ਕੀ ਕਰੀਏ, ਕਿਵੇਂ ਅੱਗੇ ਹੈ ਨਾ ਆਪਣੀ ਟੀਮ ਨੂੰ ਨਾਲ ਲੈ ਕੇ ਚੱਲੀਏ, ਸੋ ਇਹ ਚੀਜ਼ਾਂ ਬੈਲੈਂਸ ਕਿਵੇਂ ਹੁੰਦੀਆਂ? ਐਕਚੁਅਲੀ ਜਿੱਦਾਂ ਤੁਹਾਡੇ ਨੀਅਰ ਜੇ ਹਜ਼ਾਰਾਂ ਲੋਕ ਨੈਗੇਟਿਵ ਵੀ ਹੋਣ, ਉਹਦੇ ਵਿੱਚੋਂ 5-7 ਚਿਹਰੇ ਜਿਹੜੇ ਪੋਜ਼ਿਟਿਵ ਹੋਣ, ਤੁਹਾਨੂੰ ਸਪੋਰਟ ਕਰਨ, ਗੁਰਦਿਆਲ ਸਿੰਘ ਬਾਜਵਾ ਭਾਅ ਜੀ ਆਪਣੇ ਹੈ ਨਾ, ਅਤੇ ਰਾਜੂ ਸ਼ਾਮਪੁਰਿਆ, ਮੋਨਾ ਵੀਰਾ ਆ, ਪਰਮਿੰਦਰ ਵੀਰਾ, ਮੇਰੇ ਫਾਦਰ ਸਾਹਿਬ ਬ੍ਰਿਜਮੋਹਨ ਅੰਡਰ ਰਮੇਸ਼ ਕੁਮਾਰ, ਉਹ ਮੈਨੂੰ ਟੋਟਲੀ ਇਹ 5-10 ਬੰਦੇ ਮੈਨੂੰ ਅਰਾਊਂਡ ਲੱਗਦੇ ਰਹਿੰਦੇ ਆ ਕਿ ਜਿਨ੍ਹਾਂ ਨੇ ਮੈਨੂੰ ਜਦੋਂ ਮੈਂ ਡਿਪਰੈਸਡ ਹੋ ਗਈ 2-2.5 ਸਾਲ, ਮੈਂ ਸੋਚਿਆ ਹੀ ਨਹੀਂ ਹੁਣ ਨਹੀਂ ਉੱਠਣਾ, ਉਹਨਾਂ ਨੇ ਮੈਨੂੰ ਚੰਗਾ ਪੁਸ਼ ਕੀਤਾ ਕਿ ਨਹੀਂ ਕੰਮ ਬੈਕ ਕਰਨੀ ਆ, ਉਹ ਮੈਨੂੰ ਡਿੱਗਣ ਵੀ ਨਹੀਂ ਦਿੰਦੇ। ਤੁਸੀਂ ਇਕੱਲੇ ਕੁਛ ਵੀ ਨਹੀਂ ਲਾਈਫ 'ਚ ਕਰ ਸਕਦੇ, ਹੁਣ ਇੱਕ ਵਧੀਆ ਟੀਮ ਬਣ ਗਈ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਸਿਰਫ ਇੱਕ ਮਿਊਜ਼ਿਕ ਦੀ ਨਹੀਂ ਆ, ਵੀਡੀਓ ਦੀ ਨਹੀਂ ਆ, ਵੀਡੀਓ 'ਚ ਆਈ ਥਿੰਕ ਕਰੈਕਟਰ ਇਕੱਲਾ ਡਾਇਰੈਕਟਰ ਲੈ ਜਾਂਦਾ ਜਾਂ ਸਿੰਗਰ ਲੈ ਜਾਂਦਾ ਹੈ ਨਾ, ਇਹਦੇ ਵਿੱਚ ਮੇਰਾ ਅਸਿਸਟੈਂਟ ਡਾਇਰੈਕਟਰ ਹਰਸ਼ ਚੋਪੜਾ DOP ਆ, ਜਿਹਨੇ ਕਮਾਲ ਦੀ ਮਤਲਬ ਫੁਟੇਜ ਲਈ ਆ, ਫਰੇਮਸ ਕੀਤੇ ਹੈ ਨਾ, ਸਾਰੀ ਟੀਮ ਦੀ ਮਿਹਨਤ ਹੈ ਨਾ, ਹੁਣ ਵੀ ਇੱਦਾਂ ਹੀ ਆ, ਬੂਸਟ ਪ੍ਰੋਪਰ ਕਰਦੇ ਆ, ਜੇ ਕਿਤੇ ਮੈਂ ਬਹਿ ਜਾਵਾਂ ਫਿਰ ਮੈਨੂੰ ਖਿੱਚ ਲੈਂਦੇ ਆ, ਜੇ ਕਿਤੇ 2-3 ਦਿਨ ਇੱਦਾਂ ਦੀਆਂ ਚੀਜ਼ਾਂ ਨੈਗੇਟਿਵਿਟੀ ਆਈ ਜਾਵੇ ਬਾਹਰੋਂ ਨਾ, ਫਿਰ ਕਿਤੇ ਲੂਜ਼ ਫੀਲ ਕਰਾਂ, ਉਹ ਫਿਰ ਮੈਨੂੰ ਬੂਸਟ ਕਰਦੇ ਕਿ ਨਹੀਂ ਆਪਾਂ ਗਲੀਆਂ ਕੀਤਾ, ਹੁਣ ਇਸ ਤੋਂ ਵੀ ਉੱਪਰ ਦੀ ਜ਼ਿੰਮੇਵਾਰੀ ਆ ਹੈ ਨਾ। ਦੈਟਸ ਵਾਈ ਉਹ ਹੁਣ ਇੱਕ ਖੁਦ ਹੁਣ ਜਦੋਂ ਰਿਸਪੋਂਸ ਵਧੀਆ ਆਇਆ ਪਬਲਿਕ ਵੱਲੋਂ, ਲੋਕਾਂ ਨੇ ਸਪੋਰਟ ਕੀਤੀ, ਤੁਹਾਨੂੰ ਇੰਨਾ ਐਪਰੀਸ਼ੀਏਟ ਕੀਤਾ, ਉਹ ਤੋਂ ਬਾਅਦ ਹੁਣ ਪੋਜ਼ਿਟਿਵ ਹੀ ਆ, ਹੁਣ ਮੈਨੂੰ ਇਹ ਨੈਗੇਟਿਵ ਕਮੈਂਟਸ ਜਾਂ ਇਹ ਜਿਹੜੇ ਲੋਕ ਲੱਤਾਂ ਖਿੱਚਦੇ ਆ ਇਹਨਾਂ ਦਾ ਦੇਖਣਾ ਵੀ ਮੈਨੂੰ ਕੁਛ
ਹੁਣ ਉਹ ਕਹਿੰਦੇ ਨਹੀਂ ਬੰਦਾ ਸੱਟਾਂ ਖਾ ਖਾ ਕੇ ਪੱਥਰ ਬਣ ਜਾਂਦਾ ਉਹਨਾਂ ਸੱਟਾਂ ਮਾਰਨ ਵਾਲਿਆਂ ਨੂੰ ਹੀ ਆਈ ਥਿੰਕ ਚੋਟ ਆ ਗਈ ਆਪਾਂ ਨੂੰ ਤਾਂ ਸੋ ਆਰਗੈਨਿਕ ਵਿਊ ਹੈ 2 ਮਿਲੀਅਨ ਤੋਂ ਪਲੱਸ ਜਿਹੜਾ ਤੁਹਾਡਾ ਗਾਣਾ ਹੈ ਨਾ ਉਹ ਹੁਣ ਤੱਕ ਚੱਲ ਚੁੱਕਿਆ ਵਿਊਜ਼ ਆ ਚੁੱਕੇ ਹੈ ਸੋ ਇੱਕ ਆਰਗੈਨਿਕ ਵਿਊ ਵਾਲੀ ਬੜੀ ਖੁਸ਼ੀ ਹੁੰਦੀ ਹੈ ਨਾ ਕਿ ਕੋਈ ਐਡ ਨਹੀਂ ਅਸੀਂ ਕੀਤੀਆਂ ਇੱਧਰ ਉੱਧਰ ਪ੍ਰਮੋਟ ਨਹੀਂ ਕੀਤਾ ਕਿਉਂਕਿ ਰੀਲ ਤੇ ਵੀ ਟ੍ਰੈਂਡ ਕਰ ਰਿਹਾ ਮਤਲਬ 20,000 ਤੋਂ ਪਲੱਸ ਜਿਹੜੀ ਹੈ ਰੀਲਸ ਬਣ ਚੁੱਕੀਆਂ ਸੋ ਉਹ ਇੱਕ ਖੁਸ਼ੀ ਵੱਖਰੀ ਹੁੰਦੀ ਹੈ ਬਿਲਕੁਲ ਬਿਲਕੁਲ ਮੈਮ ਕਿਉਂਕਿ ਮੈਨੂੰ ਕਈ ਵਾਰ ਜਿੱਦਾਂ ਕਮੈਂਟਸ ਵਗੈਰਾ ਆਉਂਦੇ ਹਨ ਮੈਂ ਚਾਹੁੰਦਾ ਤਾਂ ਮੈਂ ਉੱਥੇ ਮੈਂਸ਼ਨ ਕਰ ਵੀ ਸਕਦਾ ਸੀ ਬਟ ਮੈਨੂੰ ਮੇਰੇ 'ਚ ਅਜੇ ਸੀਗਾ ਕਿ ਮੈਂ ਜਵਾਬ ਦੇਵਾਂ ਹੈ ਨਾ ਅਤੇ ਮੇਰੀ ਸਬਰ ਥੋੜ੍ਹਾ ਜਿਹਾ ਘੱਟ ਆ ਫਿਰ ਇਹਨਾਂ ਨੇ ਮੈਨੂੰ ਸਮਝਾਇਆ ਵੀ ਨਹੀਂ ਇੱਦਾਂ ਨਹੀਂ ਹੁੰਦਾ ਕੋਈ ਗੱਲ ਨਹੀਂ ਬਹੁਤ ਚੀਜ਼ਾਂ ਲਾਈਫ 'ਚ ਹੁੰਦੀਆਂ ਐਕਸਪੀਰੀਅੰਸ ਜ਼ਿਆਦਾ ਇਹਨਾਂ ਨੂੰ ਹਰ ਚੀਜ਼ ਦਾ ਅਤੇ ਉਹ ਚੀਜ਼ ਜਦੋਂ ਇੱਕ ਅਸੀਂ ਜਦੋਂ ਇਹ ਪ੍ਰੋਜੈਕਟ ਬਣਾਇਆ ਇੱਥੇ ਲੱਖਾਂ ਰੁਪਏ ਲੱਗਾ ਅਗਰ ਮੈਂ ਲੋਕਾਂ ਤੋਂ ਹਾਈਪ ਲੈਣੀ ਹੁੰਦੀ ਜਾਂ ਉਹ ਚੀਜ਼ ਲੈਣੀ ਹੁੰਦੀ ਤਾਂ 5-10 million ਫੇਕ ਵੀ ਪਵਾ ਸਕਦੇ ਸੀ ਪਿਛਲੇ ਵੀ ਗਾਣੇ ਤੁਸੀਂ ਇਹਨਾਂ ਦੇ ਸਾਰੇ ਜਿਸ ਦਿਨ ਦਾ ਇਹਨਾਂ ਨੇ ਸਾਂਝ ਰੈਕਰਡਸ ਬਣਾਇਆ ਉਸ ਦਿਨ ਦਾ ਦੇਖ ਲਓ ਕਬੱਡੀ ਦੇ ਕੁਛ ਗਾਣੇ ਆ ਬਹੁਤ ਗਾਣੇ ਐਸੇ ਇਹਨਾਂ ਦੇ ਪਏ ਜਿਹੜੇ ਔਰਗੈਨਿਕ ਹੀ ਆ ਵੀ ਜਿਹੜੇ ਇਹਨਾਂ ਨੇ ਸਿੱਧੇ ਓਪਨਲੀ ਛੱਡਤੇ ਆ ਤੇ ਉਹ ਵੀ ਮਿਲੀਅਨਸ 'ਚ ਨੇ ਠੀਕ ਹੈ ਨਾ ਉਹ ਦੈਟਸ ਵਾਈ ਉਹ ਚੀਜ਼ ਮੈਨੂੰ ਜ਼ਿਆਦਾ ਖੁਸ਼ੀ ਦਿੰਦੀ ਹੈ ਕਿ ਹਾਂ ਮੇਰੇ ਨਾਲ ਇਹੋ ਜਿਹੀ ਟੀਮ ਹੈ ਜਿਹੜੀ ਮੈਨੂੰ ਫੇਕ ਹੌਸਲਾ ਨਹੀਂ ਦਿੰਦੀ ਮੈਨੂੰ ਦੱਸਦੀ ਹੈ ਕਿ ਆਪਣੇ ਪੱਲੇ ਆਹ ਕੁਛ ਆ ਆਪਾਂ ਨੂੰ ਆਹ ਆ ਰਿਹਾ ਲੋਕਾਂ ਦਾ ਕਿਤੇ ਨਾ ਆਪਣੇ ਜਿਹੜੇ ਸੁਣਨ ਵਾਲੇ ਆ ਉਹ ਵੀ ਇਸ ਚੀਜ਼ ਲਈ ਯੂਜ਼ਡ ਹੋ ਗਏ ਕਿ ਹੁਣ ਗਾਣਾ ਆ ਸਵੇਰ ਤੱਕ ਮਿਲੀਅਨ ਕਿਉਂ ਨਹੀਂ ਹੋਇਆ ਸਾਨੂੰ ਤੀਜੇ ਚੌਥੇ ਦਿਨ ਵੀ ਕਾਲਸ ਆਉਂਦੇ ਰਹੇ 4 ਦਿਨ ਹੋ ਗਏ ਔਰ ਤੁਹਾਡਾ ਮਿਲੀਅਨ ਹੀ ਨਹੀਂ ਹੁੰਦਾ ਮੈਂ ਕਿਹਾ ਭਾਵੇਂ ਮਹੀਨਾ ਲੱਗ ਜਾਵੇ ਚਾਹੇ ਮਿਲੀਅਨ ਤੱਕ ਹੀ ਜਾਵੇ ਪਰ ਆਪਾਂ ਇਹਨੂੰ ਔਰਗੈਨਿਕਲੀ ਖਿੱਚਾਂਗੇ ਸਾਨੂੰ ਪਤਾ ਹੋਊਗਾ ਇਸ ਚੀਜ਼ 'ਚ ਜੇ ਅਸੀਂ ਇੰਨੀ ਮਿਹਨਤ ਕੀਤੀ ਆ 2.5-3 ਮਹੀਨੇ ਇਸ ਪ੍ਰੋਜੈਕਟ ਨੂੰ ਲਾਏ ਆ ਪ੍ਰਮੋਸ਼ਨ ਟੂਰ ਕੀਤੇ ਆ ਲੋਕਾਂ ਤੱਕ ਪਹੁੰਚਾਇਆ ਹੈ ਹੈ ਨਾ ਅਤੇ ਫਿਰ ਜਿੰਨਾ ਵੀ ਆਵੇ ਚਾਹੇ 5 ਲੱਖ ਆਵੇ 1 ਮਿਲੀਅਨ 2 ਮਿਲੀਅਨ ਨਹੀਂ ਇਹ ਤਾਂ ਇੱਕ ਨੋਰਮਲ ਮਿਲੀਅਨ ਨਾ ਛੋਟਾ ਜਿਹਾ ਵਰਡ ਕਰਤਾ ਉਹਦੇ ਪਿੱਛੇ ਦੇਖੋ 10 ਲੱਖ ਬਿਲਕੁਲ 10 ਲੱਖ ਠੀਕਰੀ ਨਹੀਂ ਇਕੱਠੀ ਹੁੰਦੀ ਯਾਰ ਤੁਸੀਂ ਬੰਦਾ ਕਿੱਦਾਂ ਤੁਸੀਂ ਘੰਟੇ 'ਚ ਇਕੱਠਾ ਕਰ ਲਓਗੇ ਹੈ ਨਾ ਉਹ ਚੀਜ਼ਾਂ ਆਪਾਂ ਨੂੰ ਸਭ ਨੂੰ ਪਤਾ ਠੀਕ ਹੈ ਨਾ ਕਿ ਹਾਂ ਉਹ ਹੁਣ ਲੋਕਾਂ ਦੇ ਨਾ ਦੇਖ ਦੇਖ ਕੇ ਉਹ ਚੀਜ਼ਾਂ ਹੋ ਗਈਆਂ ਸਬਰ ਘੱਟ ਗਿਆ ਜਿੱਦਾਂ ਰੀਲਸ ਆ ਗਈ ਆਪਾਂ 5 ਸੈਕਿੰਡ ਦੇਖੀ ਸਵਾਈਪ ਕਰਤੀ ਸਿਰਫ ਆਪਣਾ ਅੰਗੂਠਾ ਇੱਦਾਂ ਇੱਦਾਂ ਚੱਲਣ ਲੱਗ ਗਿਆ ਕਿਸੇ ਦੀ ਮਿਹਨਤ ਪਿੱਛੇ ਕਿੰਨੀ ਉਹ ਨਹੀਂ ਪਤਾ ਉਹ ਨਹੀਂ ਪਤਾ ਹੈ ਨਾ ਉਹ ਸਬਰ ਘਟਾਤਾ ਪੇਸ਼ੈਂਸ ਲੈਵਲ ਸਾਡਾ ਘਟਾ ਦਿੱਤਾ ਗਿਆ ਹੁਣ ਤੁਸੀਂ ਇਹ ਸੋਚੋ ਕਿ ਆਪਾਂ ਰੀਲਸ ਗਾਣਾ ਪਬਲਿਸ਼ ਹੋਏ ਨੂੰ ਇੱਕ ਦਿਨ ਹੋਇਆ ਨਾਲ ਹੀ ਲੋਕਾਂ ਦੇ ਕਮੈਂਟਸ ਆਉਣੇ ਆ ਫਿਰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਅਗਲਾ ਗਾਣਾ ਕਦੋਂ ਆ ਰਿਹਾ ਹਾਂ ਉਹ ਸਾਰੀ ਮੀਤ ਜੀ ਦੇਖਦੇ ਵੀ ਨਹੀਂ ਨਾ ਇੰਜੋਏ ਕਰਨ ਦਿੰਦੇ ਅਗਲੇ ਬੰਦੇ ਨੂੰ ਮੈਨੂੰ ਕਹਿੰਦੇ ਮੈਨੂੰ ਇਦਾਂ ਹੀ 3-4 ਦੇ ਮੈਸੇਜ ਆਏ ਭਾਜੀ ਹੁਣ ਅਗਲੇ ਗਾਣੇ ਦੀ ਵੇਟ ਆ ਮੈਂ ਕਿਹਾ ਭਰਾਵਾ ਮੈਨੂੰ ਇਹਦੇ ਤੇ ਲਾ ਲੈਣ ਕੁਝ ਥੋੜਾ ਜਿਹਾ ਤਾਂ ਦੇਖੋ ਯਾਰ ਹਨਾ ਇਹ ਹੁਣੇ ਹਜੇ ਕਰਕੇ ਹਟੇ ਆ ਥੋੜੇ ਪ੍ਰੋਡਿਊਸਰ ਕਿ ਨਹੀਂ ਦੇਖੀ ਹੁੰਦਾ ਠੀਕ ਹੈ ਨਾ ਫਿਰ ਉਹ ਸੌਰੀ ਕਹਿ ਦੇਣਗੇ ਯੂਰਪ ਦੀ ਧਰਤੀ ਵੀ ਜਿੰਨਾ ਮੈਨੂੰ ਪਿਆਰ ਇੱਥੇ ਮੈਂ ਜਨਮ ਲਿਆ ਇੰਡੀਆ ਪੰਜਾਬ ਨੇ ਸਾਨੂੰ ਜਨਮ ਦਿੱਤਾ ਇੱਥੇ ਜਿੱਥੇ ਉੱਧਰ ਨੇ ਵੀ ਰੋਜ਼ੀ ਰੋਟੀ ਵੀ ਦਿੱਤੀ ਆ ਅਗਰ ਇਹਨਾਂ ਨੇ ਉੱਥੇ ਮਿਹਨਤਾਂ ਮਾਰੀਆਂ ਤਾਂ ਸਾਡੇ ਵਰਗੇ ਕਿਸੇ 4 ਬੱਚੇ ਜਾ ਕੇ ਇਹਨਾਂ ਨੇ ਅੱਗੇ ਲਿਆਂਦੇ ਹਨਾ ਤੇ ਉਹਨਾਂ ਦਾ ਵੀ ਸਾਡੇ ਤੇ ਫਿਰ ਉਨਾ ਹੀ ਹੱਕ ਜਿਹਾ ਹੋ ਗਿਆ ਹੁਣ ਤੇ ਉਹਨਾਂ ਦਾ ਫਿਰ ਹੱਕ ਮੋੜਨ ਜ਼ਰੂਰ ਜਾਵਾਂਗੇ ਜਾਣਾ ਚਾਹੀਦਾ ਵੀ ਹੈ ਬਿਲਕੁਲ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੀ ਬੈਕਬੋਨ ਗੁਰਦਿਆਲ ਸਿੰਘ ਬਾਜਵਾ ਹਾਂਜੀ ਆਸਟ੍ਰੀਆ ਬੈਠੇ ਹੋਏ ਆ ਹਾਂਜੀ ਮੇਰੇ ਵੱਡੇ ਵੀਰ ਜੀ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਉਹਨਾਂ ਦੀ ਅਸੀਂ ਜਾਣ ਖਾਧੀ ਹੋਈ ਆ ਕਿ ਤੁਸੀਂ ਇਸ ਵਾਰ ਸਾਨੂੰ ਪੂਰੀ ਸਪੋਰਟ ਕਰਨੀ ਅਸੀਂ ਗਾਣੇ ਵੀ ਗਾਣੇ ਅੱਛਾ ਜ਼ਿੰਮੇਵਾਰੀ ਤੁਹਾਡੀ ਵਧਾਈ ਹੋਈ ਆ ਬਿਲਕੁਲ ਇਸ ਤੋਂ ਬਾਅਦ ਯੂਰਪ ਤੋਂ ਬਾਅਦ ਅਸੀਂ ਅਮਰੀਕਾ ਟੂਰ ਵੀ ਹੈ ਨਾ ਰੱਬ ਦੀ ਮਿਹਰ ਨਾਲ ਲਾਈਨ ਅਪ ਹੋਇਆ ਆ ਤੇ ਕੋਸ਼ਿਸ਼ ਇਹੀ ਆ ਕਿ ਮਿਹਨਤ ਕਰੀਏ ਪੂਰਾ ਦੁਨੀਆ ਸਿੱਧੂ ਸਾਡੇ ਵਿੱਚ ਨਹੀਂ ਹੈ ਤੁਹਾਡੇ ਨਾਲ ਤੁਸੀਂ ਮਿਲੇ ਵੀ ਹੋਏ ਉਹਨਾਂ ਨੂੰ ਹਨਾ ਤੁਹਾਡੇ ਨਾਲ ਮਿਲਣਾ ਵੀ ਸੀਗਾ ਮੈਨੂੰ ਲੱਗਦਾ ਜਦੋਂ ਤੁਹਾਡਾ ਪ੍ਰੋਜੈਕਟ ਆਣਾ ਸੀ ਹਨਾ 7 ਤਰੀਕ ਨੂੰ ਮੀਟਿੰਗ ਵੀ ਸੀ ਤੁਹਾਡੀ ਬਟ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਬਟ ਤੁਸੀਂ ਉਹਨਾਂ ਨੂੰ ਇੱਕ ਗਾਣਾ ਟ੍ਰਿਬਿਊਟ ਕੀਤਾ ਉਹ ਲੋਕਾਂ ਨੇ ਪਸੰਦ ਵੀ ਬਹੁਤ ਕੀਤਾ ਸੀਗਾ ਪਿਆਰ ਵੀ ਬਹੁਤ ਦਿੱਤਾ ਉਸ ਨੂੰ ਬਿਲਕੁਲ ਬਿਲਕੁਲ ਗੱਲ ਕੀ ਹੈ ਕਿ ਉਹ ਇੱਕ ਐਸੀ ਸ਼ਖਸੀਅਤ ਸੀ ਨਾ ਕਿ ਲੋਕ ਮਰ ਕੇ ਲੈਜੈਂਡ ਹੁੰਦੇ ਆ ਅਮਰ ਹੁੰਦੇ ਆ ਉਹ ਜਿਉਂਦਿਆਂ ਦਾ ਹੀ ਲੋਕਾਂ ਨੂੰ ਪਤਾ ਸੀ ਕਿ ਇਹ ਕੁਛ ਵੱਖਰੀ ਚੀਜ਼ ਆ ਬਿਲਕੁਲ ਕਿ ਉਹ ਲੈਜੈਂਡ ਆ ਉਹ ਕੁਛ ਵੱਖਰ ਆ ਇਹ ਅਮਰ ਹੋਣ ਵਾਲਾ ਬੰਦਾ ਉਹਦਾ ਜਿਉਂਦੇ ਦਾ ਹੀ ਰੁਤਬਾ ਸੀ ਉਹਨੇ ਪਿਆਰ ਹੀ ਲੋਕਾਂ ਦਾ ਇੰਨਾ ਲਿਆ ਸੀ ਕਿ ਅਗਰ ਕੋਈ ਆਮ ਬੰਦਾ ਵੀ 4 ਬੰਦਿਆਂ 'ਚ ਖੜਾ ਉਹਦਾ ਨਾਂ ਲੈ ਦੇ ਨਾ ਸਿੱਧੂ ਮੂਸੇਵਾਲਾ ਤਾਂ ਉਹਦੇ ਕਿੰਨੇ ਮੂੰਹ ਘੁੰਮਦਾ ਉਹਨੇ ਇਹ ਰੁਤਬਾ ਇਹ ਪਿਆਰ ਲੋਕਾਂ ਤੋਂ ਖੱਟਿਆ ਸੀਗਾ ਔਰ
ਠੀਕ ਹੈ ਅਸੀਂ ਅਨਲੱਕੀ ਹਾਂ, ਮੈਂ ਮਾਨਸਾ ਏਰੀਏ ਨੂੰ ਹੀ, ਮੈਂ ਜਦੋਂ ਹਾਰਿਆ ਉਦੋਂ ਵੀ ਵੋਟਾਂ 'ਚ ਹਾਰਿਆ, ਉਹ ਦੁਨੀਆ ਨੇ ਉਹਨੂੰ ਦਿਲਾਂ 'ਚ ਜਿਤਾਇਆ ਸੀ ਹਮੇਸ਼ਾ ਹੀ, ਪਰ ਉਦੋਂ ਵੀ ਮੈਂ ਆਪਣੇ ਏਰੀਏ ਤੋਂ ਬਹੁਤ ਨਾਖੁਸ਼ ਸੀ ਕਿਉਂਕਿ ਅਸੀਂ ਸਪੋਰਟ ਲਈ ਮੈਂ ਉਹਦੇ ਲਈ ਗਿਆ ਸੀ। ਮੈਂ ਉਦੋਂ ਵੀ ਇੱਥੇ ਵੀ ਤੁਹਾਡੇ ਕੋਲ ਵੀ ਆ ਕੇ ਇਹ ਬੇਨਤੀ ਕੀਤੀ ਸੀ ਕਿ ਸਿਰਫ ਤੁਸੀਂ ਉਹਨੂੰ ਦੇਖੋ ਕਿ ਉਹਨੇ ਮਾਨਸਾ ਨੂੰ ਕਿੱਥੇ ਲੈ ਕੇ ਗਿਆ, ਤੁਸੀਂ ਉਸ ਚੀਜ਼ ਵੱਲ ਧਿਆਨ ਦਿਓ, ਬਾਕੀ ਚੀਜ਼ਾਂ ਛੱਡੋ। ਠੀਕ ਹੈ ਨਾ, ਪਾਰਟੀ ਠੀਕ ਹੈ, ਜਿੱਤ ਹਾਰ ਇਹ ਚੀਜ਼ਾਂ ਅਲੱਗ ਚੀਜ਼ ਆ, ਉਹਨੇ ਮਾਨਸਾ ਨੂੰ ਕੀ ਦਿੱਤਾ ਉਹ ਚੀਜ਼ ਵੱਲ ਜ਼ਰੂਰ ਧਿਆਨ ਦਿਓ। ਮਾਨਸਾ ਵਾਲੇ ਲੋਕ ਅੱਜ ਵੀ ਅਤੇ ਰਹਿੰਦੀ ਦੁਨੀਆ ਤੱਕ ਵੀ ਠੀਕ ਹੈ ਨਾ, ਇੱਕ ਮਾਨਸਾ ਦਾ ਵੀ ਉਹਨੇ ਜਿਹੜਾ ਥਾਪੀ ਆ ਉਹ ਮਾਨਸਾ ਦਾ ਆਈਕੋਨ ਬਣ ਗਿਆ ਹੁਣ, ਕਿ ਜੇ ਮਾਨਸਾ ਵਾਲਾ ਕੋਈ ਵੀ ਥਾਪੀ ਕਿਤੇ ਮਾਰ ਦਿੱਤਾ ਅਗਲੇ ਕਿ ਤੂੰ ਮਾਨਸਾ ਤੋਂ ਮੂਸੇ ਵਾਲੇ ਤੋਂ, ਉਹ ਚੀਜ਼ ਆ। ਅਤੇ ਉਹ ਘਾਟਾ ਸਾਨੂੰ ਕਦੇ ਪੂਰਾ ਨਹੀਂ ਹੋ ਸਕਦਾ, ਇੱਕ ਕਲਮ ਮਰ ਗਈ ਹੈ, ਇੱਕ ਕਲਮ ਤਾਂ ਮਰੀ, ਇੱਕ ਸੋਚ ਵੀ ਹੈ ਨਾ। ਇੱਕ ਇਨਸਾਨ 200 ਕਿੱਲਾ ਪੈਲੀ ਖਰੀਦ ਕੇ ਬੈਠਾ ਕਿ ਜਿੱਦਣ 300 ਕਿੱਲਾ ਹੋ ਗਈ ਬੰਬੇ ਵਰਗੀ ਤੇ ਵੱਡੀ ਫਿਲਮ ਸਿਟੀ ਬਣਾਉਣੀ ਆ, ਬੰਬੇ ਤੋਂ ਆ ਕੇ ਲੋਕ ਇੱਥੇ ਫਿਲਮਾਂ ਸ਼ੂਟ ਕਰਨਾ, ਬਿਲਕੁਲ ਜਿਹੜਾ ਪੰਜਾਬ ਦੇ ਵਿੱਚ ਬਾਲੀਵੁੱਡ ਲਿਆਉਣਾ ਚਾਹੁੰਦਾ ਸੀ। ਸੋ ਮੈਂ ਉਸ ਦਿਨ ਬਹੁਤ ਹੀ ਜ਼ਿਆਦਾ, ਮੈਨੂੰ ਉਸ ਦਿਨ ਭੋਗ 'ਤੇ ਆਪਾਂ ਮਿਲੇ ਹੈ ਨਾ, ਕਿ ਇੱਦਾਂ ਲੱਗ ਰਿਹਾ ਸੀ ਅਸੀਂ 7 ਨੂੰ ਮਿਲਣਾ ਸੀ, ਮੈਨੂੰ ਨਹੀਂ ਪਤਾ ਸੀ ਕਿ ਮੈਂ 8 ਨੂੰ ਇੱਦਾਂ ਜਾਊਂਗੀ, ਹੈ ਨਾ। ਅਸੀਂ ਨਹੀਂ, ਪੂਰੀ ਦੁਨੀਆ ਹੈ ਨਾ ਸ਼ੌਕਡ ਹੋ ਗਈ ਇਸ ਚੀਜ਼ ਨੂੰ ਲੈ ਕੇ। ਅਤੇ ਅਸੀਂ ਬਾਅਦ ਦੇ ਵਿੱਚ ਕੰਪੇਨ ਵੀ ਸ਼ੁਰੂ ਕੀਤੀ ਸੀ ਕਿ ਜਸਟਿਸ ਆਪਾਂ ਨੂੰ ਵੋਇਸ ਰੇਜ਼ ਕਰਨੀ ਚਾਹੀਦੀ। ਕਿਤੇ ਨਾ ਕਿਤੇ ਪੰਜਾਬੀ ਇੰਡਸਟਰੀ ਨੇ ਸਾਰਿਆਂ ਨੇ ਪੋਸਟਾਂ ਪਾਈਆਂ, ਟ੍ਰਿਬਿਊਟ ਪਾ ਦਿੱਤੇ, ਹੈ ਨਾ। ਆਪਣਾ ਵੀ ਗਾਣਾ ਨੌ ਨੂੰ ਆਉਣਾ ਸੀ, ਅਸੀਂ ਵੀ ਮਹੀਨਾ ਡਿਲੇ ਕਰ ਦਿੱਤਾ। ਪਰ ਮੈਨੂੰ ਲੱਗਦਾ ਕਿ ਜਿੱਡੀ ਇੰਡਸਟਰੀ ਸੀ ਉਹਦੇ ਜਸਟਿਸ ਲਈ ਵੋਇਸ ਰੇਜ਼ ਕਰਨੀ ਚਾਹੀਦੀ ਸੀ, ਪਰ ਉਹ ਨਹੀਂ ਹੋਈ ਉਸ ਲੈਵਲ ਦੀ। ਬਹੁਤ ਹੋਣੀ ਚਾਹੀਦੀ ਸੀ, ਇਹ ਸੱਚ ਹੈ ਜੀ, ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ ਜਿੰਨਾ ਕੁਛ ਹੋਇਆ, ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਹੋਇਆ ਗਲਤ ਆ, ਬਟ ਫਿਰ ਵੀ ਕੋਈ ਆਵਾਜ਼ ਨਹੀਂ ਚੱਕੀ ਕਿਸੇ ਨੇ, ਕਿਸੇ ਨੇ ਕੋਈ ਇੱਦਾਂ ਦਾ ਕੋਈ ਨਹੀਂ, ਬਸ ਠੀਕ ਹੈ RIP ਲਿਖ ਕੇ ਪਾਤਾ, ਵਾਹਿਗੁਰੂ ਲਿਖ ਕੇ ਪਾਤਾ, ਠੀਕ ਹੈ, ਸਿਰਫ ਇੱਥੋਂ ਤੱਕ ਸੀਮਤ ਰੱਖਿਆ ਗਿਆ। ਬਟ ਉਸ ਬੰਦੇ ਦੀ ਅਪਰੋਚ ਕੀ ਸੀ, ਉਹ ਬੰਦਾ ਕੀ ਸੀਗਾ, ਇਹ ਹਾਲੀਵੁੱਡ ਨੂੰ ਪਤਾ ਲੱਗਿਆ, ਡਰੇਕ ਹੋ ਰਹੇ ਨੇ ਉਹਨਾਂ ਦੇ ਇੱਕ ਟਰਬਨ ਵਾਲੇ ਮੁੰਡੇ ਦੀ ਸਟੋਰੀ ਪੈਣੀ, ਬਹੁਤ ਵੱਡੀ ਗੱਲ ਸੀ, ਪੰਜਾਬੀ ਦੇ ਲਈ ਮਾਣ ਵਾਲੀ ਗੱਲ ਸੀਗੀ ਕਿ ਕਿਸ ਲੈਵਲ 'ਤੇ ਜਾ ਕੇ ਉਹ ਬੰਦੇ ਨੇ ਆਪਣੇ ਆਪ ਨੂੰ ਖੜਾ ਕੀਤਾ ਸੀ। ਉਹ ਸੱਚ ਕਹਿੰਦਾ ਸੀ, ਉਹਦਾ ਮੁਕਾਬਲਾ ਇੱਥੇ ਕਿਸੇ ਨਾਲ ਨਹੀਂ ਸੀ, ਉਹ ਕਦੇ ਕਿਸੇ ਇੰਡਸਟਰੀ ਦੇ ਨਾਲ ਕੋਈ ਮੁਕਾਬਲਾ ਨਹੀਂ ਸੀ ਚਾਹੁੰਦਾ, ਉਹ ਆਪਣੇ ਆਪ ਨੂੰ ਇਹੀ ਚੀਜ਼ ਰਿਲਾਈਜ਼ ਕਰਾਉਂਦੇ ਕਿ ਮੇਰਾ ਹਾਲੀਵੁੱਡ ਨਾਲ ਮੁਕਾਬਲਾ, ਮੈਂ ਬਾਲੀਵੁੱਡ ਨੂੰ ਵੀ ਬਰਾਬਰ ਲੈ ਕੇ ਉੱਥੇ ਤੱਕ ਚੱਲਣਾ, ਮੈਂ ਉਹਨਾਂ ਨੂੰ ਦੱਸਣਾ ਕਿ ਪੰਜਾਬ ਕੀ ਆ। ਉਹ ਇੱਥੋਂ ਵਾਲਿਆਂ ਨੂੰ ਤਾਂ ਵਹਿਮ 'ਚ ਤੁਰੇ ਫਿਰਦੇ ਰਹੇ ਕਿ ਸਾਡੇ ਨਾਲ ਮੁਕਾਬਲੇ ਕਰੀ ਜਾਂਦਾ, ਨਹੀਂ ਉਹ ਕੁਛ ਹੋਰ ਸੀ, ਬਿਲਕੁਲ। ਬਟ ਚਲੋ, ਕਹਿੰਦੇ ਗੱਲਾਂ ਰਹਿ ਜਾਂਦੀਆਂ ਸਰ, ਹੈ ਨਾ, ਇਨਸਾਨ ਦੀਆਂ ਯਾਦਾਂ ਰਹਿ ਜਾਂਦੀਆਂ, ਜਾਂ ਉਹਨਾਂ ਨੇ ਇੰਨੇ ਸੋਹਣੇ ਗੀਤ ਲਿਖੇ ਆ ਔਰ ਇੰਨੀ ਇੱਕ ਦਮਦਾਰ ਆਵਾਜ਼ ਸੀਗੀ, ਹੈ ਨਾ, ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੂਗੀ ਜਦੋਂ ਤੱਕ ਲੋਕ ਹੈ, ਹੈ ਨਾ, ਪੰਜਾਬ ਦਾ ਮਿਊਜ਼ਿਕ ਹੈ ਉਹ ਹਮੇਸ਼ਾ ਰਹੂਗੀ, ਹੈ ਨਾ। ਬਟ ਮੈਂ ਚਾਹੂੰਗੀ ਰਮਜ਼ਾਨ, ਜੋ ਤੁਸੀਂ ਟ੍ਰਿਬਿਊਟ ਉਹਨਾਂ ਨੂੰ ਦਿੱਤੀ ਸੀ, 2 ਲਾਈਨਾਂ ਇੱਥੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਜ਼ਰੂਰ, ਕਿਉਂਕਿ ਮੈਂ ਜਦੋਂ ਵੀ ਗਾਉਣਾ ਉਹਦੇ ਮੋਮ ਡੈਡ ਜਾਂ ਉਹ ਖਿਆਲਾਤ ਮੇਰੇ ਦਿਮਾਗ 'ਚ ਆ ਜਾਂਦੇ ਨੇ, ਦੈਟਸ ਵਾਈ ਗਾਉਣ ਨੂੰ ਨਹੀਂ, ਠੀਕ ਹੈ, ਬਸ ਇੱਕ ਮੈਂ ਇੱਕ ਸਿੰਗਰ ਹਾਂ, ਮੈਂ ਜਿੱਦਾਂ ਮੈਂ ਉਹਦੇ ਨਾਲ ਗੱਲਾਂ ਕਰਨੀਆਂ ਜਾਂ ਲੋਕਾਂ ਨੂੰ ਜਿੱਦਾਂ ਉਹਦੇ ਬਾਰੇ ਦੱਸਣਾ ਚਾਹੁੰਦਾ, ਜਾਂ ਮੇਰੇ ਉਹ ਸਾਹਮਣੇ ਹਾਲਾਤ ਆਏ ਤਾਂ ਮੈਂ ਉਹ 2 ਲਾਈਨਾਂ ਲਿਖੀਆਂ ਸੀ ਕਿ ਜਿਹੜੀ ਉਹਦੀ ਥਾਪੀ ਤੁਹਾਨੂੰ ਪਤਾ ਹੀ ਹੈ ਆਈਕਨ ਸੀ, ਅਤੇ ਜਿਸ ਦਿਨ ਉਹਦੇ ਫਾਦਰ ਸਾਹਿਬ ਨੇ ਜਦੋਂ ਉਹ ਥਾਪੀ ਮਾਰੀ ਆ ਅਤੇ ਦੁਨੀਆ ਹਿੱਲ ਗਈ ਸੀ ਸਾਰੀ, ਹੈ ਨਾ, ਇੱਕ ਦੁਨੀਆ ਰੋਈ ਸੀ ਉਸ ਦਿਨ, ਤਾਂ ਉਹ 2 ਲਾਈਨਾਂ ਮੈਂ ਲਿਖੀਆਂ ਸੀ, ਉਹ 2 ਲਾਈਨਾਂ ਮੈਂ ਬੋਲਣੀ ਚਾਹੂੰਗਾ। ਤੇਰੀ ਥਾਪੀ ਨੇ ਸਿਵੀਰੇ, ਤੇਰੀ ਥਾਪੀ ਨੇ ਸਿਵੀਰੇ, ਜਿਹੜੀ ਦੁਨੀਆ ਹਿਲਾਈ ਥਾਪੀ ਬਾਪੂ ਦੀ ਵੀ ਰਹੀ, ਦੁਨੀਆ ਰਵਾਈ ਤੇਰੀ ਥਾਪੀ ਨੇ ਸਿਵੀਰੇ। ਇਸ ਤੋਂ ਅੱਗੇ ਆਪਣਾ ਦਿਲ ਵੀ ਨਹੀਂ ਕਰਦਾ, ਹੈ ਨਾ, ਤੁਹਾਡੇ ਲਈ ਗਾਉਣਾ ਵੀ ਬਹੁਤ ਔਖਾ ਹੈ, ਹੈ ਨਾ, ਕਿਉਂਕਿ ਉਹ ਸਾਰੀ ਚੀਜ਼ਾਂ ਅੱਖਾਂ ਮੁਰੇ ਆ ਜਾਂਦੀਆਂ। ਬਟ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਸਟਿਸ, ਹੈ ਨਾ, ਚੱਲਦਾ ਰਿਹਾ ਹੈ ਕੇਸ, ਬਟ ਵੀ ਵਾਂਟ ਕਿ ਸਿੱਧੂ ਦੇ ਪੇਰੈਂਟਸ ਨੂੰ, ਸਿੱਧੂ ਨੂੰ ਜਸਟਿਸ ਮਿਲੇ, ਉਹ ਮਿਲਣੀ ਜ਼ਰੂਰੀ ਵੀ ਬਹੁਤ ਹੈ। ਬਸ ਪਲੀਜ਼, ਇੱਥੇ ਸਿਆਸਤ ਨਾ ਹੋਵੇ, ਇੱਥੇ ਰੋਟੀਆਂ ਨਾ ਸੇਕਣ, ਪਲੀਜ਼ ਜਿਹਦਾ ਪੁੱਤ ਮਰਿਆ ਉਹਨਾਂ ਨੂੰ ਜਾ ਕੇ ਮਿਲੋ, ਤੁਹਾਨੂੰ ਜਾ ਕੇ ਸੱਚੀ ਪਤਾ ਲੱਗੂਗਾ ਕਿ ਸਿੱਧੂ ਕੀ ਸੀਗਾ। ਅਸੀਂ ਮਿਲੇ ਹਾਂ, ਅਸੀਂ ਕੋਲੋਂ ਤੋਂ ਜਾਣਦੇ, ਜਿਹੜੇ ਕੋਲੋਂ ਤੋਂ ਉਹਨੂੰ ਜਾਣਦੇ ਸੀ ਨਾ, ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਜਿਹੜਾ ਗਾਣੇ ਵਾਲਾ ਸੀ ਜਾਂ ਉਹ ਸੀ, ਉਹ ਕੁਛ ਹੋਰ ਸੀ, ਉਹਦੀ ਇੱਕ ਰੁਜ਼ਗਾਰ ਸੀਗਾ ਉਹਦਾ, ਉਹਦਾ ਠੀਕ ਆਇਆ ਸੀ, ਉਹਨੂੰ ਜਿੱਦਾਂ ਲੋਕ ਸੁਣਨਾ ਪਸੰਦ ਕਰਦੇ ਸੀ ਉੱਦਾਂ ਦਾ ਗਾ ਰਿਹਾ ਸੀ, ਉਹਨੇ ਆਪਣੇ ਆਪ ਨੂੰ ਹੀ ਦੱਸਿਆ ਕਿ ਮੈਂ ਕੀ ਹਾਂ, ਹੈ ਨਾ, ਉੱਦਾਂ ਦੀਆਂ ਚੀਜ਼ਾਂ ਉਹ ਗਾਈ ਗਿਆ। ਪਰ ਉਹਨੂੰ ਪਰਸਨਲੀ ਕਿਤੇ ਜਿਹੜਾ ਕੋਈ ਮਿਲਦਾ ਸੀ ਉਹ ਗਾਣੇ ਵਾਲੀ ਦੁਨੀਆ 'ਚ ਬਾਹਰ ਹੋ ਜਾਂਦਾ ਸੀ, ਬਿਲਕੁਲ ਠੀਕ ਹੈ। ਬਿਲਕੁਲ ਡਿਫਰੈਂਟ, ਮੈਂ ਉਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦੇ ਲਈ ਆਵਾਜ਼ ਜ਼ਰੂਰ ਚੁੱਕੋ,
ਬਸ ਕਿਤੇ ਨਾ ਕਿਤੇ ਆਪਣੇ ਬੈਨੀਫਿਟ ਨਾ ਪਰਸਨਲੀ ਪਾ ਲਓ ਤੋਂ ਮਰੇ ਹੋਏ ਨੂੰ ਬਖਸ਼ੋ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਸਟੂਡੀਓ ਗੱਲਾਂ ਬਾਤਾਂ ਕੀਤੀਆਂ ਨਾ ਗੱਲ ਅਸੀਂ ਤੁਹਾਡੇ ਗਾਣੇ ਤੋਂ ਸ਼ੁਰੂ ਕੀਤੀ ਬਟ ਐਂਡ ਹੈ ਨਾ ਸਿੱਧੂ ਦਾ ਜ਼ਿਕਰ ਹੋ ਹੀ ਜਾਂਦਾ ਹਰ ਜਗ੍ਹਾ ਹੋ ਜਾਂਦਾ ਬਿਲਕੁਲ ਸੋ ਥੈਂਕ ਯੂ ਸੋ ਮਚ ਐਂਡ ਵੀ ਹੋਪ ਕਿ ਜਿੰਨੇ ਵੀ ਤੁਹਾਡੇ ਅੱਗੇ ਪ੍ਰੋਜੈਕਟਸ ਆ ਗੱਲਾਂ ਦੀ ਤਰ੍ਹਾਂ ਹੋਰ ਉਹਨਾਂ ਨੂੰ ਵੀ ਪਿਆਰ ਮਿਲੇ ਔਰ ਤੁਸੀਂ ਵਧੀਆ ਵਧੀਆ ਚੀਜ਼ਾਂ ਸਾਡੇ ਆਡੀਅੰਸ ਲੈ ਕੇ ਆਉਂਦੇ ਰਹੋ ਥੈਂਕ ਯੂ ਸੋ ਮਚ ਸੋ ਇਸ ਨਾਲ ਐਮ ਕੇ ਸਾਂਝ ਐਂਡ ਰਮਜਾਨ ਸੋ ਅਗਲੀ ਵਾਰ ਕਿਸੇ ਹੋਰ ਆਰਟਿਸਟ ਨੂੰ ਤੁਹਾਡੇ ਮੁਖਾਤਿਬ ਕਰਾਵਾਂਗੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ मैं बहुत बार जिक्र करता हूँ इस चीज़ का कि मैं इन्होंने हमेशा कहना कि तुसी कुछ अलग हो बहुत ज़्यादा बूस्ट मतलब कि काम नू लैके आइडियाज़ नू लैके बहुत ज़्यादा एक्टिव सोच भी नहीं सकते असी मैनू मैं कल्ला गाने वाले ही हाँ सिर्फ मैं तुम जो जो रमजान च बाकी चीज़ें ऐड हुई जिहड़ियां लोगों ने देखियां वो इन्हां दे बता तुसी डिग के दोबारा उठ के खड़े हुंदे हो जी फिर तुहानू ਉਹ ਅਹਿਸਾਸ ਹੋ ਜਾਂਦਾ ਜਦੋਂ ਤੁਸੀਂ ਡਿੱਗੇ ਹੁੰਦੇ ਕਿ ਕਿੱਦਾਂ ਡਿੱਗੇ ਸੀ ਫਿਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ ਕਿਤੇ ਨਾ ਕਿਤੇ ਲੱਗਦਾ ਕਿ ਨਹੀਂ ਹੁਣ ਦੁਬਾਰਾ ਨਹੀਂ ਡਿੱਗਣਾ ਸੋ ਉਸ ਬੂਸਟ ਨਾਲ ਫਿਰ ਡਬਲ ਬੂਸਟ ਕਰਨੀ ਪੈਂਦੀ ਹੈ ਇੱਥੇ ਮੈਂ ਜਨਮ ਲਿਆ ਇੰਡੀਆ ਪੰਜਾਬ ਨੇ ਸਾਨੂੰ ਜਨਮ ਦਿੱਤਾ ਇੱਥੇ ਜਿੱਥੇ ਅਤੇ ਉੱਧਰ ਨੇ ਰੋਜ਼ੀ ਰੋਟੀ ਵੀ ਦਿੱਤੀ ਆ ਅਗਰ ਇਹਨਾਂ ਨੇ ਉੱਥੇ ਮਿਹਨਤਾਂ ਮਾਰੀਆਂ ਤਾਂ ਸਾਡੇ ਵਰਗੇ ਕਿਸੇ ਚਾਰ ਬੱਚੇ ਜਾ ਕੇ ਇਹਨਾਂ ਨੇ ਅੱਗੇ ਲਿਆਂਦੇ ਹੈ ਨਾ ਕਿ ਉਹ ਲੈਜੈਂਡ ਆ ਉਹ ਕੁਛ ਵੱਖਰ ਆ ਇਹ ਅਮਰ ਹੋਣ ਵਾਲਾ ਬੰਦਾ ਉਹਦਾ ਜਿਉਂਦੇ ਦਾ ਹੀ ਰੁਤਬਾ ਸੀ ਉਹਨੇ ਪਿਆਰ ਹੀ ਲੋਕਾਂ ਦਾ ਇੰਨਾ ਲਿਆ ਸੀ ਕਿ ਅਗਰ ਕੋਈ ਆਮ ਬੰਦਾ ਵੀ ਚਾਰ ਬੰਦਿਆਂ 'ਚ ਖੜਾ ਉਹਦਾ ਨਾਂ ਲੈ ਦੇ ਨਾ ਸਿੱਧੂ ਮੂਸੇਵਾਲਾ ਤਾਂ ਉਹਦੇ ਕਿੰਨੇ ਮੂੰਹ ਘੁੰਮਦਾ ਉਹ ਘਾਟਾ ਸਾਨੂੰ ਕਦੇ ਪੂਰਾ ਨਹੀਂ ਹੋ ਸਕਦਾ ਇੱਕ ਕਲਮ ਮਰ ਗਈ ਹੈ ਪੰਜਾਬੀਅਤ ਲਈ ਮਾਣ ਵਾਲੀ ਗੱਲ ਸੀਗੀ ਕਿ ਕਿਸ ਲੈਵਲ 'ਤੇ ਜਾ ਕੇ ਉਹ ਬੰਦੇ ਨੇ ਆਪਣੇ ਆਪ ਨੂੰ ਖੜਾ ਕੀਤਾ ਸੀ ਉਹ ਸੱਚ ਕਹਿੰਦਾ ਸੀ ਉਹਦਾ ਮੁਕਾਬਲਾ ਇੱਥੇ ਕਿਸੇ ਨਾਲ ਨਹੀਂ ਉਹ ਕਦੇ ਕਿਸੇ ਇੰਡਸਟਰੀ ਦੇ ਨਾਲ ਕੋਈ ਮੁਕਾਬਲਾ ਨਹੀਂ ਸੀ ਚਾਹੁੰਦਾ ਉਹ ਆਪਣੇ ਆਪ ਨੂੰ ਇਹੀ ਚੀਜ਼ ਰਿਲਾਈਜ਼ ਕਰਾਉਂਦਾ ਕਿ ਮੇਰਾ ਹਾਲੀਵੁੱਡ ਨਾਲ ਮੁਕਾਬਲਾ ਮੈਂ ਬਾਲੀਵੁੱਡ ਨੂੰ ਵੀ ਬਰਾਬਰ ਲੈ ਕੇ ਉੱਥੇ ਤੱਕ ਚੱਲਾਂ ਇਹ ਤੇਰੀ ਥਾਪੀ ਨੇ ਸੀ ਵੀਰੇ ਤੇਰੀ ਥਾਪੀ ਨੇ ਸੀ ਵੀਰੇ ਜਿਹੜੀ ਦੁਨੀਆ ਹਿਲਾਈ ਥਾਪੀ ਬਾਪੂ ਦੀ ਨੇ ਦੁਨੀਆ ਰਵਾਈ ਤੇਰੀ ਥਾਪੀ ਨੇ ਸੀ ਵੀਰੇ ਓ